अस्सलाम वालेकुम नाज़रीन मैं हूं आपका होस्ट हुसैन एंड डेली डोज ऑफ़ इंस्पायरेशन चैनल की जानिब से आज हम आपकी मुलाकात करवाने जा रहे हैं चश् की मशहूर और वर्फ शख्सियत के साथ जिनका पेज है फ्रूट मंडी के नाम से मिलते हैं उसामा भाई से उसामा रामे जिनका नाम है, है। आइए आपकी उनसे मुलाकात करवाते हैं जी अस्सलाम वालेकुम उसामा भाई जी वालेकुम सलाम भाई जी की हाल चाल है आप सुनाएं कैसे हैं रामता खास हैं ਤੇ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਮੇਰੇ ਕੋਲ ਆਏ ਬਾਈ ਮੇਰਾ ਇੰਟਰਵਿਊ ਕਰਣਾ ਹੈ ਇਹ ਇਹ ਤਾਂ ਬਈ ਆਪ ਹੀ ਮੌਕਾ ਤਾਂ ਤੁਹਾਨੂੰ ਇੰਟਰਵਿਊ ਥੋੜਾ ਇਹ ਹਲੇ ਕਰਨਾ ਨਹੀਂ ਆਉਂਦਾ ਅੱਛਾ ਤੁਸੀਂ ਚੀਜ਼ੇ ਕਦੇ ਹੋ ਇਹ ਇਹ ਜਿਹੜੀ ਚੀਜ਼ ਆਪਣੇ ਅੰਦਰੋਂ ਕੱਢ ਦਿਓ ਬਿਲਕੁਲ ਇਹ ਚੀਜ਼ ਨਾ ਆਪਣੇ ਅੰਦਰੋਂ ਕੱਢ ਦਿਓ ਐਸ ਕਲਿੱਪ ਨੂੰ ਐਨਜੀ ਪਾਣਾ ਤੁਸੀਂ ਆਪਣੇ ਚੈਨਲ ਤੇ ਠੀਕ ਹੋ ਗਿਆ ਤੁਸੀਂ ਇੰਟਰਵਿਊ ਕਰਦੇ ਪਏ ਮੇਰੇ ਕੋਲ ਅੱਜ ਬਾਈ ਕੱਲ ਮੈਂ ਵੀਡੀਓ ਪਾਈ ਸੀਗੀ ਕਿ ਜਿਨ੍ਹਾਂ ਲੋਕਾਂ ਨੂੰ ਕੈਮਰੇ ਤੇ ਬੋਲਣਾ ਵੀ ਨਹੀਂ ਆਉਂਦਾ ਨਾ ਉਹ ਲੋਗ ਵੀ ਕੈਮਰਾ ਔਨ ਕਰਕੇ ਰੱਖ ਕੇ ਦੱਸੋ ਕਿ ਸਾਨੂੰ ਨਹੀਂ ਬੋਲਣਾ ਆਉਂਦਾ ਅਸੀਂ ਸ਼ੁਰੂ ਕਰਨ ਲੱਗੇ ਆਂ ਕੀ ਸਮਝੇ ਬਿਲਕੁਲ ਬਿਲਕੁਲ ਵੱਡੀ ਖਾਤੇ ਜਵੜੀ ਜੀ 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 ਬਿਲਕੁਲ ਜਿਨ੍ਹਾਂ ਲੋਕਾਂ ਨੂੰ ਕੈਮਰੇ ਤੇ ਬਿਲਕੁਲ ਬੋਲਣਾ ਨਹੀਂ ਆਉਂਦਾ ਕੈਮਰਾ ਔਨ ਕਰਕੇ ਆਪ ਇੱਕ ਜ਼ੇਹਨ ਦੇ ਵਿੱਚ ਕੈਦ ਹੋ ਜਾਂਦੇ ਕਿ ਅਸੀਂ ਕੀ ਗੱਲ ਕਰੀਏ ਉਹ ਲੋਗ ਇਹ ਹੀ ਗੱਲ ਦੱਸੋ ਵੀ ਭਾਈ ਸਾਨੂੰ ਨਹੀਂ ਬੋਲਣਾ ਆਉਂਦਾ ਅਸੀਂ ਨਵੀਂ ਮਤਲਬ ਕਿ ਸਟਾਰਟ ਲਿਆਵਾ ਨਵਾਂ ਮਤਲਬ ਕਿ ਕੰਮ ਸ਼ੁਰੂ ਕੀਤਾ ਵਾ ਇਹ ਬਾਈ ਹੁਣੀ ਮਾਹਰਾ ਕੈਮਰਾ ਐਡੀਟਿੰਗ ਦੇ ਵਿੱਚ ਆਪਣਾ ਕੈਪਚਰਿੰਗ ਕਰਨ ਦੇ ਵਿੱਚ ਵੱਧ ਤੋਂ ਵੱਧ ਵਿਊ ਚੱਕਣ ਦੇ ਵਿੱਚ ਇਹਨਾਂ ਦੀ ਆਪਦੀ ਸ਼ਾਪ ਆ ਲਿੰਕ ਸਟੂਡੀਓ ਆ ਸਟੂਡੀਓ ਬਣਿਆ ਹੋਇਆ ਬੜਾ ਪੁਰਾਣਾ ਇਹਨਾਂ ਦੇ ਵਾਲਾ ਸਾ ਦਾ ਕੰਮ ਆ ਅੱਛੀ ਤਰ੍ਹਾਂ ਕੈਪਚਰ ਕਰ ਸਕਦੇ ਆ ਲੇਕਿਨ ਬੋਲ ਨਹੀਂ ਹੁੰਦਿਆ ਬਾਈ ਬਿਲਕੁਲ ਸਰ ਮੈਨੂੰ ਇਹ ਦੇਖ ਕੇ ਬੜੀ ਹੈਰਾਨਗੀ ਹੋਈ ਖੈਰ ਮੈਨੂੰ ਇਹ ਦੇਖ ਕੇ ਵੀ ਖੁਸ਼ੀ ਵੀ ਬਹੁਤ ਹੋਈ ਵੀ ਬਾਈ ਹੁਣਾਂ ਨੇ ਆਪਣਾ YouTube ਦਾ ਚੈਨਲ ਰਨ ਕੀਤਾ ਆ ਜੇ ਜਿਹੜਾ ਉਹਨਾਂ ਦੇ ਕੋਲ ਮਤਲਬ ਕਿ ਪੈਸ਼ਨ ਆ ਜੋ ਕਰ ਸਕਦੇ ਆ ਆਪਦਾ ਕੰਟੈਂਟ ਦੇ ਸਕਦੇ ਆ ਉਹਨਾਂ ਨੇ ਇੰਟਰਵਿਊ ਕਰਨੇ ਸ਼ੁਰੂ ਕੀਤੇ ਆ ਅੱਲਾਹ ਤਾਲਾ ਇਹਨਾਂ ਨੂੰ ਰੰਗ ਲਾਉਣਗੇ ਇਨਸ਼ਾ ਅੱਲਾ ਤਾਲਾ ਮਕਸਦ ਇਹ ਹੈ ਸੋਸ਼ਲ ਮੀਡੀਆ ਤੇ ਆਪਣਾ ਇੱਕ ਨਾਮ ਪੈਦਾ ਕਰਨਾ ਬਿਲਕੁਲ ਐਸੇ ਤਰ੍ਹਾਂ ਠੀਕ ਆ ਨਾ ਭਾਈ ਬਿਲਕੁਲ ਐਸੇ ਤਰ੍ਹਾਂ ਦੂਸਰੇ ਨੂੰ ਜਿਹੜਾ ਬੰਦਾ ਮਸ਼ਹੂਰ ਹੋ ਗਿਆ ਉਹਨੂੰ ਜਾ ਕੇ ਉਹਦੇ ਨਾਲ ਮੁਲਾਕਾਤ ਕਰੋ ਉਹਦੇ ਨਾਲ ਗੱਲਬਾਤ ਕਰੋ ਇੰਟਰਵਿਊ ਦੇ ਵਿੱਚ ਇਹੀ ਗੱਲਾਂ ਪੁੱਛਣੀਆਂ ਹੁੰਦੀਆਂ ਤੁਸੀਂ ਵੀ ਭਾਈ ਤੁਹਾਨੂੰ ਕਿੰਨੇ ਪੈਸੇ ਆਉਂਦੇ ਤੁਹਾਨੂੰ ਕੀ ਹਿਸਾਬ ਕਿਤਾਬ ਆ ਤੁਸੀਂ ਇਸ ਕਿੱਦਾਂ ਆਏ ਇਸ ਲਾਈਨ ਤੇ ਕਿੱਦਾਂ ਆਏ ਤੁਸੀਂ ਲੋਕਾਂ ਨੂੰ ਗਾਈਡਨਸ ਦਿੰਦੇ ਹੋ ਤੇ ਉਹ ਲੋਕੀ ਤੁਹਾਡੇ ਕੋਲ ਹੁੰਦੇ ਆ ਮਿਲਦੇ ਆ ਤੁਸੀਂ ਪੈਸੇ ਲੈਣੇ ਆ ਨਹੀਂ ਲੈਣੇ مختلف ਸਵਾਲ ਕਰਨੇ ਹੁੰਦੇ ਬਿਲਕੁਲ ਦੇਖੋ ਰਿਐਲਿਟੀ ਦੇ ਵਿੱਚ ਜਿਹੜੀ ਚੀਜ਼ ਆ ਨਾ ਤੁਸੀਂ ਉਹਨੂੰ ਉਹਨੂੰ ਫੋਕਸ ਕਰੋ ਜੋ ਰਿਐਲਿਟੀ ਹੈ ਤੁਸੀਂ ਨਾ ਕਿ ਕਿਸੇ ਨੂੰ ਤੁਸੀਂ ਤਾਰਫ਼ ਕਰਾਉਣ ਲਈ ਮਤਲਬ ਮੇਰਾ ਪੰਜ ਸੱਤ ਵਾਰੀ ਸਟਾਰਟ ਲਿਆ ala trin maqsood seen ye wo flan tumka इजी ਹੋ ਜਾ ਤੁਸੀਂ ਆਏ ਆ ਕਿਸੇ ਦੇ ਕੋਲ ਤੁਸੀਂ ਉਹਨਾਂ ਦਾ ਡਾਇਰੈਕਟ ਤਾਰਫ਼ ਕਰਾਓ ਬਾਈ ਅਸੀਂ ਫਲਾਣੇ ਬੰਦੇ ਕੋਲ ਆਏ ਆ ਆ ਇਹਨਾਂ ਦਾ ਨਾਮ ਆ ਅਗਰ ਉਹ ਪਹਿਲਾਂ ਹੀ ਵਾਇਰਲ ਆ ਤਾਂ ਲੋਕ ਉਹਨਾਂ ਨੂੰ ਜਾਣਦੇ ਆ ਜਾਣਦੇ ਬਿਲਕੁਲ ਜੇ ਨਹੀਂ ਵਾਇਰਲ ਤੇ ਤੁਸੀਂ ਆਪਣਾ ਮਕਸਦ ਦੱਸੋ ਤੁਸੀਂ ਵੀ ਅਸੀਂ ਆਏ ਆ ਬਾਈ ਜੀ ਅਸੀਂ ਵੀਡੀਓ ਬਣਾਉਣ ਲੱਗੇ ਆ ਅਸੀਂ ਆ ਵੀ ਬੰਦਾ ਨਵਾਂ ਤੇ ਅਸੀਂ ਵੀ ਨਵੇਂ ਬਿਲਕੁਲ ਠੀਕ ਆ ਤੁਸੀਂ ਜੋ ਹਕੀਕਤ ਚ ਕਰਦੇ ਫਿਰਦੇ ਹੋ ਦਿਖਾਓ ਤੁਸੀਂ ਜਿਹੜਾ ਤੁਹਾਡਾ ਕੰਮ ਹੈਗਾ ਨਾ ਆ ਮੂਵੀ ਸ਼ੂਟਿੰਗ ਸ਼ੂਟਿੰਗ ਦਾ ਕੰਮ ਤੁਸੀਂ ਆਪਣਾ ਕੰਮ ਦੇ ਵਿੱਚ ਜਦੋਂ ਤੁਸੀਂ ਫੁੱਲ ਟੀਮ ਤੁਹਾਡੀ ਪੂਰੀ ਖੁੱਬੀ ਪਈ ਹੁੰਦੀ ਆ ਉੱਥੇ ਆਪਣਾ ਵਲੌਗ ਬਣਾਓ ਤੁਹਾਡਾ ਵਲੌਗ ਤੁਹਾਡੀ ਉੱਥੇ ਜ਼ੁਬਾਨ ਵੀ ਚੱਲੇਗੀ ਤੋੜੇ ਹੱਥ ਵੀ ਚੱਲਣਗੇ ਤੁਹਾਡੀ ਅਕਲ ਵੀ ਚੱਲੇਗੀ ਉਹਦੇ ਮੈਂ ਕਈ ਵਾਰ ਇਸ ਬਾਰੇ ਸੋਚਿਆ ਕਿ ਅਸੀਂ ਉਸ ਜਗ੍ਹਾ ਤੇ ਵਲੌਗ ਬਣੇ ਲੇਕਿਨ ਉਹਦੇ ਵਿੱਚ ਮੇਨ ਮਸਲਾ ਆਉਂਦਾ ਕਿ ਆਪਣੇ ਇੱਥੇ ਦੇ ਲੋਕ ਜ਼ਿਆਦਾ ਅਪਡੇਟ ਨਹੀਂਗੇ ਯਾਰ ਲੋਕਾਂ ਨੂੰ ਤੁਸੀਂ ਛੱਡ ਦਿਓ ਤੁਸੀਂ ਇਹ ਫੈਸਲਾ ਨਹੀਂ ਕਰਨਾ ਆਪਦੀ ਵੀਡੀਓ ਬਣਾ ਕੇ ਆਪ ਹੀ ਤੁਸੀਂ ਫੈਸਲਾ ਕਰਨ ਬੈਜਨੇ ਆ ਕਿ ਭਾਈ ਲੋਕ ਅਪਡੇਟ ਆ ਕਿ ਨਹੀਂ ਤੁਸੀਂ ਇਹ ਨਹੀਂ ਦੇਖਣਾ ਤੁਸੀਂ ਆਪਣਾ ਡਾਟਾ ਆਵਾਮ ਨੂੰ ਦੇਣਾ ਤੁਸੀਂ ਇੱਕ ਡਾਟਾ ਦੇਣਾ ਆਵਾਮ ਨੂੰ ਤੁਸੀਂ ਇੱਕ ਵੀਡੀਓ ਦੇਣੀ ਹੈ ਤੁਸੀਂ ਇੱਕ ਕਲਿੱਪ ਦੇਣਾ ਵਾ ਇਦੇ ਵਿੱਚ ਕਿਸੇ ਨੂੰ ਕੋਈ ਇਨਫੋਰਮੇਸ਼ਨ ਮਿਲ ਸਕਦੀ ਹੋਵੇ ਤੁਹਾਨੂੰ ਪਤਾ ਹੋਵੇ ਕਿ ਬਾਈ ਇਹ ਕੋਈ ਰੋਂਗ ਮੈਨੀ ਕਲਿੱਪ ਬਣਾ ਕੇ ਛੜਾ ਰਿਹਾ ਕੋਈ ਗਲਤ ਗੱਲ ਨਹੀਂ ਕਰ ਲਿਆ ਕੋਈ ਵਾਇਲੇਸ਼ਨ ਨਹੀਂ ਕਰ ਰਿਹਾ ਕੋਈ ਮਤਲਬ ਹੇਟ ਸਪੀਚ ਨਹੀਂ ਕਰ ਰਿਹਾ ਅੱਛੀ ਗੱਲ ਕਰ ਰਿਹਾ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਫਾਇਦਾ ਹੋਊਗਾ ਇਹਦੇ ਵਿੱਚ ਇਹ ਤੁਸੀਂ ਨਹੀਂ ਡਿਸਾਈਡ ਕਰਨਾ ਮੇਰੀ ਵੀਡੀਓ ਚੰਗੀ ਆ ਕਿ ਮਾੜੀ ਆ ਇਹ ਆਡੀਅנס ਤੇ ਛੱਡਣਾ ਠੀਕ ਆ ਬਿਲਕੁਲ ਤੁਸੀਂ ਇਸੇ ਚੀਜ਼ ਚੰਦਰੋਂ ਔਂਦਰੀ ਮਤਲਬ ਕਿ ਗਾਂ ਹੀ ਨਹੀਂ ਤੋਰ ਸਕਦੇ ਰਾਨੀ ਨਹੀਂ ਹੁੰਦੇ ਉਹ ਇਹੀ ਵਜ੍ਹਾ ਕਿ ਤੁਸੀਂ ਆਪ ਹੀ ਬਣਾ ਕੇ ਆਪ ਹੀ ਫੈਸਲਾ ਕੱਟ ਕੱਟ ਨਹੀਂ ਸਹੀ ਓਕੇ ਨਹੀਂ ਸਹੀ ਓਕੇ ਉਸ ਚੀਜ਼ ਨੂੰ ਇਜ਼ੀ ਹੋ ਜਾਓ ਆਜ਼ਾਦ ਹੋ ਜਾਓ ਇਸ ਚੀਜ਼ ਤੋਂ ਠੀਕ ਹੋ ਗਿਆ ਤੁਸੀਂ ਮਤਲਬ ਕਿ ਕੈਮਰਾ ਔਨ ਕਰੋ ਤੁਸੀਂ ਜੋ ਹਕੀਕਤ ਨੂੰ ਬਿਆਨ ਕਰੋ ਤੁਸੀਂ ਮੇਰੇ ਕੋਲ ਆਏ ਆ ਜੀ ਇੰਟਰਵਿਊ ਕਰਨਾ ਹੈ ਇਹ ਬਾਈ ਹੁਣੀ ਮੇਰਾ ਇੰਟਰਵਿਊ ਕਰਨ ਆਇਆ ਮੈਨੂੰ ਲੱਗਦਾ ਮੈਂ ਇਹਦਾ ਇੰਟਰਵਿਊ ਇਹ ਮੇਰਾ ਕਰ ਰਹੇ ਨੇ ਨਹੀਂ ਨਹੀਂ ਸਹੀ ਆ ਤੁਸੀਂ ਇਹ ਜਿਹੜੀ ਮਤਲਬ ਕਿ ਰਿਕਾਰਡਿੰਗ ਹੋ ਰਹੀ ਹੈ ਰਿਐਲਿਟੀ ਹੈ ਰਿਐਲਿਟੀ ਹੈ ਬਿਲਕੁਲ ਤੇ ਤੁਸੀਂ ਇਹ ਹੀ ਦਿਖਾਉਣੀ ਹੈ ਇਨਸ਼ਾਅੱਲਾ ਤੁਹਾਡਾ ਨਵਾਂ ਚੈਨਲ ਆ ਤੁਸੀਂ ਆਪਣਾ ਮਿਹਨਤ ਕਰੋ ਵੱਧ ਤੋਂ ਵੱਧ ਮਿਹਨਤ ਕਰੋ ਜੋ ਤੁਸੀਂ ਆਪਣਾ ਮੈਂ ਮੈਂ ਸਮਝਦਾ ਕਿ ਤੁਹਾਨੂੰ ਇਹਦੇ ਨਾਲੋਂ ਵੀ ਪਹਿਲੀ ਤਰਜੀਹ ਇਸ ਚੀਜ਼ ਨੂੰ ਦੇਣੀ ਚਾਹੀਦੀ ਆ ਕਿ ਤੁਹਾਡੇ ਵਾਲਦ ਸਾਹਿਬ ਨੇ ਸਾਰੀ ਜ਼ਿੰਦਗੀ ਲਾ ਕੇ ਇੱਕ ਆਪਣਾ ਨਾਮ ਬਣਾਇਆ ਲਿੰਕ ਸਟੂਡੀਓ ਦਾ ਬਿਲਕੁਲ ਠੀਕ ਆ ਤੁਹਾਡੇ ਵਾਲਦ ਸਾਹਿਬ ਦੀ ਦਿਨ ਰਾਤ ਦੀ ਮਿਹਨਤ ਆ ਬਿਲਕੁਲ ਠੀਕ ਹੋ ਗਿਆ ਤੁਸੀਂ ਐਸੀ ਚੀਜ਼ ਨੂੰ ਦਿਖਾਓ ਤੁਹਾਡੇ ਵਾਲਦ ਨੇ ਸਾਰੀ ਜ਼ਿੰਦਗੀ ਗਾਲੀ ਆ 30 ਸਾਲ ਆ 40 ਸਾਲ ਇੱਕ ਕੰਮ ਚ ਬਿਲਕੁਲ ਐਸੇ ਕਰੋ ਇੱਕ ਨਾਮ ਬਣਾਇਆ ਬ੍ਰਾਂਡ ਬਣਾਇਆ ਉਹ ਬ੍ਰਾਂਡ ਹੁਣ ਕੀ ਕਰਦਾ ਪਿਆ ਵਾ ਉਹ ਉਹਦੀ 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 ਕੈਪਚਰਿੰਗ ਕਰੋ ਬਿਲਕੁਲ ਇੱਕ ਤਾਂ ਤੁਸੀਂ ਬਣਾ ਬਣਾ ਰਿਜ਼ਲਟ ਦਿੰਨੇ ਆ ਨਾ ਕਿਸੇ ਨੂੰ ਵੀਡੀਓ ਬਣਾ ਕੇ ਅਗਲੇ ਬੰਦੇ ਨੂੰ ਮੂਵੀ ਦਿੰਨੇ ਆ ਉਹ ਅਗਲਾ ਬੰਦਾ ਕੰਨਾ ਦੀ ਕਰ ਰਾਜ਼ੀ ਹੋ ਜਾਂਦਾ ਹੈਪੀ ਟੂ ਯੂ ਹੋ ਜਾਂਦਾ ਬਿਲਕੁਲ ਉਹਦੀ ਯਾਰ ਮੂਵੀ ਬਣੀ ਉਹਨੂੰ ਮਜ਼ਾ ਆ ਗਿਆ ਲੇਕਿਨ ਤੁਸੀਂ ਟੀਮ ਕਿਦਾਂ ਕੰਮ ਕਰਦੀ ਹੈ ਤੁਹਾਡਾ ਥੀਮ ਕੀ ਆ ਤੁਹਾਡਾ ਸੀਨ ਕੀ ਆ ਤੁਹਾਡਾ ਟਾਈਮਿੰਗ ਕੀ ਆ ਆਪਣਾ ਇੱਕ ਫੈਮਿਲੀ ਬਣਾਓ ਆਪਣਾ ਲਿੰਕ ਸਟੂਡੀਓ ਦੇ ਨਾਮ ਤੋਂ ਚੈਨਲ ਬਣਾਓ ਉਹਦੇ ਵਿੱਚ ਆਪਣਾ ਕੰਮ ਕਰੋ ਲੋਕਾਂ ਨੂੰ ਮਤਲਬ ਕੀ ਦੇਖਿਆ ਨਹੀਂ ਤੁਸੀਂ ਜਿਹੜਾ ਤਰੀਕਾ ਕਰਾ ਮੈਂ ਥੋੜੇ ਮੇਰੇ ਜ਼ੇਹਨ ਚ ਆ ਗਈ ਮਿਸਾਲ ਭਾਈ ਜਿੰਨੇ ਵੀ ਆ ਇਸ ਟਾਈਮ ਫੋਟੋਗ੍ਰਾਫਰ ਜਾਂ ਉੱਪਰਲੇ ਲੈਵਲ ਤੇ ਜਾ ਕੇ ਬੈਠੇ ਆ ਉਹ ਕਿਸ ਤਰ੍ਹਾਂ ਵਾਇਰਲ ਹੋਏ ਉਹਨਾਂ ਨੇ ਸ਼ੂਟਿੰਗ ਹੀ ਦਿਖਾਈ ਨਾ ਜਿਹੜੀ ਕਰ ਰਹਿ ਬਿਲਕੁਲ ਜਿਹੜਾ ਉਹਨਾਂ ਦਾ ਪੈਸ਼ਨ ਹੈ ਜਿਹੜਾ ਉਹਦਾ ਕੰਮ ਆ ਬਿਲਕੁਲ ਇਹ ਨਾਲੇ ਕੈਪਚਰ ਕਰਨ ਵਾਲਾ ਕੰਮ ਕੈਮਰਾ ਰਿਕਾਰਡਿੰਗ ਵਾਲਾ ਕੰਮ ਸ਼ੌਕ ਵਾਲੇ ਬੰਦੇ ਦਾ ਬਿਲਕੁਲ ਇਸੇ ਤਰ੍ਹਾਂ ਸ਼ੌਕ ਵਾਲਾ ਬੰਦਾ ਜਿਹੜਾ ਮਤਲਬ ਕਿ ਸਮਝਦਾ ਵਾ ਹਰ ਚੀਜ਼ ਸਮਝਦਾ ਕੈਮਰੇ ਦੀ ਅੱਖ ਇੱਕ ਬੇਜਾਨ ਅੱਖ ਇਨਸਾਨ ਦੀ ਆ ਕਿ ਜਾਨਦਾ ਰੱਖ ਲੇਕਿਨ ਜਿਹੜਾ ਬੰਦਾ ਸਮਝਦਾ ਵਾ ਉਹ ਕੈਮਰੇ ਦੀ ਅੱਖ ਨੂੰ ਆਪਣੀ ਅੱਖ ਤਰ੍ਹਾਂ ਬਣਾ ਕੇ ਚਲਾਉਂਦਾ ਬਿਲਕੁਲ ਇਸੇ ਤਰ੍ਹਾਂ ਠੀਕ ਹੈ ਨਾ ਉਹ ਆਪਣਾ ਕੰਮ ਦਿਖਾ ਰਿਹਾ ਲੋਕ ਦੇਖਦੇ ਸੀਗੇ ਉਹਨਾਂ ਨੂੰ ਵਾਇਰਲ ਹੋ ਗਏ ਲੋਕ ਉਹਨਾਂ ਨੂੰ ਸੱਦ ਵਡੀਆਂ-ਵਡੀਆਂ ਜਾਨੀਆਂ ਤੇ ਜਾਂਦੇ ਤੁਸੀਂ ਆਪਣੇ ਕੰਮ ਨੂੰ ਇੰਪਰੂਵ ਕਰੋ ਮੇਰਾ ਪਰ ਤੁਸੀਂ ਆਪਣਾ ਕੰਮ ਦਿਖਾਓ ਇੰਟਰਵਿਊ ਕਰਨ ਵਾਲੋਂ ਵੀ ਮੈਂ ਜ਼ਰਾ ਇੱਕ ਮਿੰਟ ਟਾਈਮ ਨਹੀਂ ਹਾਂ ਜੀ ਜੀ ਮੈਂ ਜਦੋਂ ਐਫਐਸਸੀ ਕੀਤੀ ਨਾ ਮੇਰੇ ਕੋਲ ਇੱਕ ਲਾਈਫ ਦਾ ਬਹੁਤ ਵੱਡਾ ਚਾਂਸ ਹੈਗਾ ਮੇਰਾ ਬਿਜ਼ੀਓ ਦਿੱਤਾ ਮੈਂ ਟੈਸਟ ਮੇਰਾ ਉੱਥੇ ਕਲੀਅਰ ਵੀ ਹੋ ਗਿਆ ਹਾਂ ਉਸ ਤੋਂ ਬਾਅਦ ਮੇਰੇ ਕੋਲ ਇੱਕ ਹੋਰ ਚੁਆਈ ਸੀ ਕਿ ਮੈਂ ਚਾਈਨਾ ਜਾ ਕੇ ਐਮਬੀਬੀਐਸ ਕਰ ਲਵਾਂ ਲੇਕਿਨ ਮੈਂ ਉਹਨਾਂ ਸਾਰੀਆਂ ਬਿਜ਼ੀਓ ਦਾ ਐਡਮਿਸ਼ਨ ਨੂੰ ਛੱਡਿਆ ਚਾਈਨਾ ਵਾਲੇ ਚਾਂਸ ਨੂੰ ਛੱਡਿਆ ਮੈਂ ਕਿ ਮੈਂ ਫੋਟੋਗ੍ਰਾਫੀ ਕਰਨੀ ਹੈ ਜ਼ਬਰਦਸਤ ਮੈਨੂੰ ਮੈਂ ਜਿਹੜੇ ਮੈਂ ਵੀਊ ਇੱਕ ਲੈਣਾ ਨਾ ਵੀਊ ਤੇ ਹਰ ਕੋਈ ਲੈ ਲੈਂਦਾ ਤੁਹਾਨੂੰ ਕੈਮਰਾ ਪਕੜਾ ਦਵਾਂਗੇ ਤੁਸੀਂ ਵੀ ਰਿਕਾਰਡਿੰਗ ਲਾ ਕੇ ਉਹੀ ਵੀਊ ਚੇਖਣਾ ਵਾ ਉਹ ਉਹੀ ਵੀਊ ਮੈਂ ਲੈਣਾ ਵਾ ਲੇਕਿਨ ਦੋਵਾਂ ਦੇ ਵਿੱਚ ਫਰਕ ਬਹੁਤ ਫਰਕ ਬਹੁਤ ਫਰਕ ਹੋ ਜਾਂਦਾ ਮੈਨੂੰ ਪੈਸ਼ਨ ਆ ਇਸ ਬੰਦੇ ਦਾ ਉਹਨੇ ਜਿਹੜਾ ਵੀਊ ਲੈ ਲੈਣਾ ਇੱਕ ਬੰਦੇ ਨੇ ਆਮ ਫੜ ਕੇ ਉਹਨੇ ਮਤਲਬ ਕਿ ਫਾਰਮੈਲਟੀ ਕਰ ਲਈ ਕਈ ਲੋਕ ਕੰਮ ਕਰਦੇ ਆ ਪੈਸੇ ਵਾਸਤੇ ਵੀਡੀਓਗ੍ਰਾਫੀ ਲੇਕਿਨ ਮੈਂ ਜਿਹੜਾ ਕੰਮ ਹੈ ਜਿੱਥੇ ਕਰਦਾ ਮੈਂ ਦਿਲ ਦੇ ਨਾਲ ਕਰਦਾ ਨਹੀਂ ਤਾਂ ਮੈਂ ਨਹੀਂ ਕਰਦਾ ਮੈਂ ਕਿਹਾ ਮੁੰਡਾ ਭੇਜ ਦਿਓ ਵੈਰੀ ਗੁੱਡ ਤੇਰਾ ਆਵਦਾ ਪੈਸ਼ਨ ਆ ਦੋਸਤ ਤੂੰ ਕਿਹੜੇ ਕੰਮ ਨੂੰ ਪੈ ਗਿਆ ਇੰਟਰਵਿਊ ਵਾਲੇ ਨੂੰ ਮੇਰਾ ਵੀਰ ਆਪਣੇ ਕੰਮ ਤੇ ਫੋਕਸ ਕਰ ਆਪਣਾ ਇੰਟਰਵਿਊ ਵੀ ਬਣਾਉਣੇ ਆ ਲੋਕਾਂ ਦੇ ਕਰਨੇ ਆ ਕਰ ਅੱਛੀ ਗੱਲ ਆ ਲੋਕਾਂ ਦੇ ਕੋਲ ਜਾਣਾ ਜਿਹੜਾ ਵਾਇਰਲ ਹੋ ਜਾਂਦਾ ਉਹ ਉਸ ਵਾਂ ਕਿ ਉਹਦੀ ਹੋਰ ਜ਼ਿਆਦਾ ਪਬਲਿਸਿਟੀ ਹੁੰਦੀ ਮੈਨੂੰ ਵੀ ਬੜੀ ਖੁਸ਼ੀ ਹੋਈ ਤੁਸੀਂ ਮੇਰੇ ਕੋਲ ਆਏ ਆ ਤੁਸੀਂ ਆਪਣਾ ਜਿਹੜਾ ਤੁਹਾਡਾ ਵੇਹ ਆ ਨਾ ਉਹਨੂੰ ਪਛਾਣ ਕੇ ਉਹਦੇ ਤੇ ਚੱਲੋ ਮਕਸਦ ਥੋੜਾ ਐਂਡ ਤੇ ਪਿੱਛੇ ਇਹੀ ਬਣਦਾ ਕਿ ਸੋਸ਼ਲ ਮੀਡੀਆ ਤੇ ਆਪਣਾ ਇੱਕ ਪਲੇਟਫਾਰਮ ਬਣਾਉਣਾ ਤੁਸੀਂ ਪਲੇਟਫਾਰਮ ਬਣਾਉਣਾ ਜਿਹੜਾ ਤੁਹਾਡਾ ਇੱਕ ਬੇਸ ਬਣ ਜਾਵੇ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਡਾ ਨਾਮ ਬਣ ਜਾਵੇ ਸੋਸ਼ਲ ਮੀਡੀਆ ਤੇ ਜਿੱਦਾਂ ਰਿਐਲਿਟੀ ਦੇ ਵਿੱਚ ਤੁਹਾਡਾ ਇਹ ਸ਼ਹਿਰ ਚ ਬਣਿਆ ਹੋਇਆ ਇਹੀ ਮਕਸਦ ਹੈ ਨਾ ਜਿਹੜਾ ਵੀ ਬੰਦਾ ਕੋਈ ਪੇਜ ਰਨ ਕਰਦਾ ਚੈਨਲ ਰਨ ਕਰਦਾ ਕੋਈ ਟਿਕਟੌਕ ਦੀ ਆਈਡੀ ਬਣਾਉਂਦਾ ਕੋਈ ਬੀਗੋ ਦੀ ਆਈਡੀ ਬਣਾਉਂਦਾ ਕੋਈ ਫਲਾਂ ਜਿਹੜੀ ਵੀ ਮਤਲਬ ਕਿ ਸੋਸ਼ਲ ਐਪ ਆ ਉਹਦੇ ਤੇ ਕੋਈ ਬੰਦਾ ਅਕਾਊਂਟ ਬਣਾਉਂਦਾ ਉਹਦਾ ਮੇਨ ਐਂਡ ਤੇ ਮਕਸਦ ਪਿੱਛੇ ਇਹ ਹੀ ਹੁੰਦਾ ਕਿ ਸੋਸ਼ਲ ਮੀਡੀਆ ਦੇ ਦੌਰ ਚ ਠੀਕ ਹੋ ਗਿਆ ਤੇ ਤੁਸੀਂ ਆਪਣੀ ਪਹਿਚਾਨ ਮੇਰਾ ਭਰਾ ਸਭ ਤੋਂ ਅੱਛੇ ਤਰੀਕੇ ਨਾਲ ਉਸੇ ਕੰਮ ਚ ਬਣਾ ਸਕਦੇ ਜਿਹੜਾ ਰਿਅਲਿਟੀ ਚ ਕਰਦੇ ਠੀਕ ਆ ਆਪਣੇ بڑے ਸ਼ਹਿਰਾਂ ਚ ਇਸ ਤਰ੍ਹਾਂ ਹੁੰਦਾ ਨਾ ਕਿ ਵਲੋਗਿੰਗ ਕਰ ਰਹੇ ਹੋ ਜਾਂ ਵੀਡੀਓ ਬਣਾ ਰਹੇ ਹੋ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਤੂੰ ਆਪਣੇ ਕੰਮ ਦੀ ਵੀਡੀਓ ਬਣਾ ਤੂੰ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ ਬਣਾ ਹਾਂ ਲੇਕਿਨ ਇਹਦੇ ਵਿੱਚ ਜਿਹੜਾ ਮੈਨੂੰ ਸਭਨੋਂ ਵੱਡਾ ਮੇਨ ਮਸਲਾ ਇਹ ਆਉਂਦਾ ਕਿ ਸਾਡਾ ਜਿਹੜਾ ਕੰਮ ਹੁੰਦਾ ਜ਼ਿਆਦਾ ਲੇਡੀਜ਼ ਦੇ ਵਿੱਚ ਹੁੰਦਾ ਤੇ ਜ਼ਿਆਦਾ ਸਾਡੀ ਟੀਮ ਜਦੋਂ ਹੁਣ ਇੱਕ ਇਵੈਂਟ ਆ ਨਾ ਸਮਝ ਲਓ ਬਰਾਤ ਦਾ ਇਵੈਂਟ ਅਸੀਂ ਕੈਪਚਰ ਕਰ ਰਹੇ ਹਾਂ ਉਹ ਬਰਾਤ ਦੇ ਇਵੈਂਟ ਦੇ ਵਿੱਚ ਸਾਡਾ ਜ਼ਿਆਦਾ ਕੰਮ ਹੁੰਦਾ ਲੇਡੀਆਂ ਦੀ ਤਰਫ ਕਿਉਂਕਿ ਫੈਮਿਲੀ ਸਾਰੀ ਲੇਡੀਆਂ ਹੁੰਦੇ ਬੰਦੇ ਜਿਹੜੇ ਹੁੰਦੇ ਜ਼ਿਆਦਾਤਰ ਬਾਹਰ ਦੇ ਆਏ ਹੁੰਦੇ ਤੇ ਉਹ ਲੇਡੀਆਂ ਦੇ ਵਿੱਚ ਅਸੀਂ ਕੈਪਚਰ ਨਹੀਂ ਕਰ ਸਕਦੇ ਮੈਨੂੰ ਸਭ ਨਾਲੋਂ ਜ਼ਿਆਦਾ ਵੱਡਾ ਇਸ਼ੂ ਹੀ ਆਹੀ ਆਉਂਦਿਆ ਵਾ ਫਿਰ ਮੈਂ ਸੋਚਿਆ ਕਿ ਯਾਰ ਮੈਂ ਇਸ ਇੰਟਰਵਿਊ ਵਾਲੀ ਸਾਈਡ ਤੇ ਚੱਲਦਾ ਹਾਂ ਇੰਟਰਵਿਊ ਦਾ ਵੀ ਮੇਰੇ ਲਈ ਸੋਚਿਆ ਕਿ ਯਾਰ ਥੋੜਾ ਈਜ਼ੀ ਹੈ ਸਟਾਰਟ ਲੈਣਾ ਵਾ ਪਹਿਲੇ ਮੈਂ ਸੋਚਿਆ ਕਿਸੇ ਕੋਲੋਂ ਕਰਵਾਣਾ ਹੋਸਟਿੰਗ ਫਿਰ ਉਹ ਜਿਹਦੇ ਕੋਲ ਕਰवानी ਸੀਗੀ ਉਹ ਉਹਦੇ ਨਾਲ ਮਤਲਬ ਇੱਕ ਇੰਟਰਵਿਊ ਕੀਤਾ ਫਿਰ ਉਹ ਲਾਹੌਰ ਚਲੇ ਗਏ ਸਰ ਸੀਗੇ ਮੇਰੇ ਅਲੀਅਸ ਜੇ ਸਾਹਿਬ ਤੇ ਫਿਰ ਕੁਝ ਟਾਈਮ ਦਾ ਇਸ ਤਰ੍ਹਾਂ ਮਾਮਲਾ ਬਣੇ ਫਿਰ ਉਹ ਕੁਝ ਅੱਜ ਮੈਨੂੰ ਮੇਰੇ ਖਿਆਲ 5-6 ਮਹੀਨੇ ਹੋ ਗਏ ਨੇ ਵੀਡੀਓ ਅਪਲੋਡ ਕਰਨ ਲੱਗਾ ਮੈਂ ਦੁਬਾਰਾ ਦੁਬਾਰਾ ਤੁਸੀਂ ਪਹਿਲੀ ਦਾ ਗੱਲ ਆ ਆਪਣਾ ਨਾ ਰੂਟੀਨ ਨਾਲ ਚੈਨਲ ਨੂੰ ਤਰੀਕੇ ਨਾਲ ਚਲਾਓ ਇੱਕ ਥੀਮ ਆ ਇੱਕ ਟ੍ਰੈਜੇਡੀ ਆ ਇੱਕੋ ਬੰਦੇ ਦੀ ਮਤਲਬ ਕਿ ਉਹ ਬਹੁਤ ਹੀ ਜ਼ਿਆਦਾ ਕਿਸਮਤ ਨਹੀਂ ਚਮਕੀ ਹੁੰਦੀ ਜਿਹੜੇ ਵਾਇਰਲ ਹੋ ਜਾਂਦੇ ਇਹ ਸੀਨ ਨਹੀਂ ਹੈ ਤੁਸੀਂ ਇਹ ਕਿਤੇ ਦੇ ਪ੍ਰੋਪਰ ਤਰੀਕੇ ਨਾਲ ਕੰਮ ਕਰੋਗੇ ਤੁਸੀਂ ਅੱਜ ਜਿਹੜਾ ਦੱਸਿਆ ਵੀ 6 ਮਹੀਨੇ ਪਹਿਲਾਂ ਮੈਂ ਵੀਡੀਓ ਅਪਲੋਡ ਕੀਤੀ ਤੇ ਹੁਣ ਕਰਨ ਲੱਗਾ ਤੁਸੀਂ YouTube ਵਾਲਿਆਂ ਦੀ ਮਾਸੀ ਦੇ ਮੁੰਡੇ ਨਹੀਂ ਹੈਗੇ ਤੇ ਜਦੋਂ ਤੁਹਾਡਾ ਦਿਲ ਕੀਤਾ ਆਪਦੀ ਵੀਡੀਓ ਅਪਲੋਡ ਕਰਤੀ ਤੇ ਤੁਹਾਨੂੰ ਉਹ ਪੇ ਵੀ ਕਰਨ ਤੇ ਤੁਹਾਨੂੰ ਵਾਇਰਲ ਵੀ ਕਰਨ ਤੇ ਤੁਹਾਨੂੰ ਇੱਕ ਪਲੇਟਫਾਰਮ ਵੀ ਤੁਹਾਡਾ ਤਕੜਾ ਕਰਨ ਤੁਸੀਂ ਕੋ ਉਹਨਾਂ ਨੂੰ ਬਹੁਤੇ ਪਿਆਰੇ ਨਹੀਂ ਹੈਗੇ ਤੁਸੀਂ ਉਹਨਾਂ ਦੇ ਥੀਮ ਨੂੰ ਫੋਲੋ ਕਰਦੇ ਹੋਏ ਚੱਲੋਗੇ ਤੇ ਤੁਸੀਂ ਕਾਮਯਾਬ ਹੀ ਕਾਮਜਮ 100% ਕਾਮਯਾਬ ਕਿਉਂ ਜਿਹੜਾ ਇੱਕ ਉਹਨਾਂ ਦਾ ਥੀਮ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਡਾਟਾ ਚਾਹੀਦਾ ਦੋਸਤ ਬਿਲਕੁਲ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਨੂੰ ਰਨ ਕਰਨ ਵਾਸਤੇ ਡਾਟਾ ਚਾਹੀਦਾ ਉਹਨਾਂ ਨੇ ਤੁਹਾਨੂੰ ਫੋਨ ਨਹੀਂ ਕੀਤਾ ਸਾਡੇ ਵਾਸਤੇ ਚੈਨਲ ਬਣਾਓ ਤੁਸੀਂ ਆਪ ਬਣਾ ਕੇ ਕੰਮ ਕਰਨ ਲੱਗੇ ਆ ਉਹਨਾਂ ਵਾਸਤੇ ਬਿਲਕੁਲ ਐਸੇ ਠੀਕ ਹੈ ਉਹਨਾਂ ਦੇ ਤੁਸੀਂ ਮਤਲਬ ਕਿ ਉਹਨਾਂ ਤੇ ਕਹਿ ਲੋ ਇੱਛਾਨ ਕਰ ਰਹੇ ਆ ਬਿਲਕੁਲ ਠੀਕ ਹੈ ਤੁਹਾਨੂੰ ਮਵਾਦਨਾ ਦੇਣਗੇ ਮੈਨੇ ਤੁਸੀਂ ਕਰਨੀਆਂ ਖਰੀ ਤੁਹਾਡੀ ਮਿਹਨਤ ਚ ਖੋਟ ਨਾ ਹੋਵੇ ਬਿਲਕੁਲ ਐਸੇ ਤੇ ਤੁਸੀਂ ਮੈਂ ਮੈਂ ਤੇ ਇਹੀ ਗਾਂਗਾ ਫਿਰ ਦੁਬਾਰਾ ਤੁਹਾਨੂੰ ਐਂਡ ਤੇ ਤੋਂ ਇਹ ਜਿਹੜੀ ਤੁਸੀਂ ਮੈਨੂੰ ਵਜ੍ਹਾ ਦੱਸੀ ਆ ਵੀ ਲੇਡੀਜ਼ ਨੂੰ ਕੈਪਚਰ ਨਹੀਂ ਕਰ ਸਕਦੇ ਬਹੁਤ ਵੈਲਿਡ ਵਜ੍ਹਾ ਵਾ ਔਰ ਬਹੁਤ ਅੱਛੀ ਗੱਲ ਆ ਮਾਵਾ ਭੈਣਾ ਪਰਦੇ ਚ ਹੀ ਚਾਹੀਆਂ ਹਾਂ ਹਾਂ ਜੀ ਆਪਣੇ ਇਹ ਰਿਵਾਜ ਨਹੀਂ ਹੈਗਾ ਆਪਣੇ ਇਲਾਕੇ ਦੇ ਵਿੱਚ ਸਾਡਾ ਬੈਕਵਰਡ ਇਲਾਕਾ ਸਾਨੂੰ ਚੰਗਾ ਬਾਈ ਅਸੀਂ ਇਸ ਤਰ੍ਹਾਂ ਹੀ ਚੰਗੇ ਬੈਕਵਰਡ ਇਲਾਕਾ ਵਾ ਲੇਕਿਨ ਇਹ ਸਾਡਾ ਜੋ ਇਸਲਾਮ ਕਹਿੰਦਾ ਉਸ ਤਰੀਕੇ ਨਾਲ ਚੱਲ ਰਹੇ ਹਾਂ ਅਲਹਮਦੁਲਿਲਾ ਅੱਜ ਦੇ ਦੌਰ ਚ ਵੀ ਬਿਲਕੁਲ ਤੇ ਕੋਈ ਜ਼ਰੂਰੀ ਨਹੀਂ ਆਪਣਾ ਡਾਲਰ ਕਮਾਉਣ ਵਾਸਤੇ ਲੋਕਾਂ ਦੀਆਂ ਮਾਵਾ ਭੈਣਾਂ ਨੂੰ ਮਤਲਬ ਕੈਪਚਰ ਕਰਨਾ ਤੋਬਾ ਨਾਲ ਉਸਬਿੱਲਾ ਸੋਚਿਓ ਵੀ ਨਾ ਕਰੀ ਇਹ ਠੀਕ ਕੀਤਾ ਤੁਸੀਂ ਨਹੀਂ ਬਣਾਨੇ ਉਸ ਨੂੰ ਤੁਸੀਂ ਜਿਹੜੀ ਵਜ੍ਹਾ ਦੱਸੀ ਮੈਨੂੰ ਬਹੁਤ ਅੱਛੀ ਲੱਗੀ ਤੁਹਾਡੀ ਗੱਲ ਤੁਸੀਂ ਹੁਣ ਐਸੇ ਮਤਲਬ ਕਿ ਇੰਟਰਵਿਊ ਵਾਲੇ ਕੰਮ ਨੂੰ ਰਨ ਕਰੀ ਰੱਖੋ ਤੁਸੀਂ ਜਿਹੜਾ ਮਤਲਬ ਕਿ ਆਪਣੇ ਸ਼ਹਿਰ ਦਾ ਆਪਣੇ ਇਲਾਕੇ ਦਾ ਕੋਈ ਮਤਲਬ ਕਿ ਵਾਇਰਲ ਹੁੰਦਾ ਬੰਦਾ ਜਾਂ ਕੋਈ ਸ਼ਖਸੀਅਤ ਹੈਗੀ ਆ ਸਿਆਸੀ ਸ਼ਖਸੀਅਤ ਆ ਮਸ਼ਹੂਰ ਸ਼ਖਸੀਅਤ ਅਗਰ ਕੋਈ ਆਪਣੇ ਸ਼ਹਿਰ ਚ ਬਾਹਰੋਂ ਆਂਦਾ ਕੋਈ ਟੀਮਾਂ ਦੀਆਂ ਕੋਈ ਪਲੇਅਰ ਆਂਦਾ ਪਿੱਛੇ ਜੇ ਇੱਕ ਬਾਬਾ ਜੀ ਆ ਚਿਤਰਾਲ ਵਾਲੀ ਸਾਈਡ ਦੇ ਆਪਣੇ ਸ਼ਹਿਰ ਚੋਂ ਗੁਜ਼ਰ ਕੇ ਗਏ ਆ ਗੁਜ਼ਰ ਕੇ ਗਏ ਨਾ ਉਮਰਾ ਕਰਕੇ ਸਾਈਕਲ ਲੈ ਆਇਆ ਨਾ ਨਾਲ رابطہ ਹੋਇਆ ਸੀ ਤਾਂ ਮੈਂ ਥੋੜਾ ਲੇਟ ਹੋ ਕੇ ਹਾਸਲਪੁਰ ਚਲੇ ਗਏ ਸੀ ਹਾਂ ਚਲੋ ਮਤਲਬ ਕਿ ਥੋੜੀ ਟਾਚੀ ਚ ਰਹੇ ਮੈਨੂੰ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਇਦਾਂ ਦੀਆਂ ਮਤਲਬ ਕਿ ਸਟੋਰੀਆਂ ਨੂੰ ਨਾ ਉਹਦੇ ਤੇ ਮਿਹਨਤ ਕਰੋ ਇਦਾਂ ਦੇ ਲੋਕਾਂ ਨੂੰ ਹਾਈਲਾਈਟ ਕਰੋ ਜਾ ਕੇ ਲੋਕਾਂ ਦੀ ਵੀਡੀਓਜ਼ ਬਣਾਓ ਆਪ ਦਾ ਵੀ ਤਾਰਫ਼ ਕਰਾਓ ਲੋਕਾਂ ਦਾ ਵੀ ਤਾਰਫ਼ ਕਰਾਓ ਸੋਸ਼ਲ ਮੀਡੀਆ ਤੇ ਠੀਕ ਹੈ ਇਹਦੇ ਤੇ ਰਨ ਕਰੋ ਇਨਸ਼ਾਅੱਲਾਹ ਤਾਲਾ ਅੱਲਾ ਤੁਹਾਨੂੰ ਕਾਮਯਾਬ ਕਰੇਗਾ ਕੋਡੀਆਂ ਜਿਹੜੀਆਂ ਮੇਨ ਮਕਸਦ ਔਰ ਮੇਨ ਮਰਾਦਾ ਰ ਪੂਰੀਆਂ ਕਰੇਗਾ اچھا ਉਸਾਮਾ ਭਾਈ ਮੈਨੂੰ ਤੁਸੀਂ ਹੁਣ ਮੈਂ ਚੈਨਲ ਦਾ ਸਟਾਰਟ ਲਿਆ ਮੈਨੂੰ ਬਹੁਤ ਅੱਛਾ ਲੱਗਾ ਤੁਸੀਂ ਮੈਨੂੰ ਗਾਈਡ ਕੀਤਾ ਸੁਬਾ ਵੀ ਮੈਂ ਤੁਹਾਡੇ ਕੋਲ ਉੱਥੇ ਬੈਠਾ ਜਿਹੜੇ ਆਏ ਸੀਗੇ ਤੁਹਾਡੇ ਕੋਲ ਉਹ ਵੀ ਮੁੰਡੇ ਕੈਂਪੂਰ ਤੋਂ ਆਏ ਸੀ ਕੈਂਪੂਰ ਤੋਂ ਆਏ ਸੀਗੇ ਉਹਨਾਂ ਨੂੰ ਤੁਸੀਂ ਬੜਾ ਅੱਛਾ ਗਾਈਡ ਕੀਤਾ ਬੜੇ ਖੁਸ਼ ਹੋ ਕੇ ਗਏ ਸਾਡੇ ਕੋਲ ਉਹ ਇਨਸ਼ਾ ਅੱਲਾਹ ਤਾਲਾ ਤਿੰਨ ਚਾਰ ਮਹੀਨਿਆਂ ਦੇ ਅੰਦਰ ਉਹਨਾਂ ਦੇ ਵਿੱਚ ਮੈਂ ਜੱਜ ਕੀਤਾ ਨਾ ਮੈਂ ਉਹਨਾਂ ਦਾ ਪੇਜ ਥੋੜਾ ਜਿਹਾ ਚੈੱਕ ਕੀਤਾ ਸੀ ਉਹਨਾਂ ਮੁੰਡਿਆਂ ਦੇ ਵਿੱਚ ਮਾਸ਼ਾ ਅੱਲਾਹ ਪੂਰੀ ਕਾਬਲੀਅਤ ਆ ਔਰ ਬੜੀ ਆਟਮਾ ਉਹਨਾਂ ਦਾ ਦੇਖਿਓ ਇਨਸ਼ਾਅੱਲਾ ਤਾਲਾ ਤੁਸੀਂ 4-5 ਮਹੀਨਿਆਂ ਜਿਹੜੀ ਉਹਨਾਂ ਨੂੰ ਮੈਂ ਗੱਲ ਸਮਝਾ ਦਿੱਤੀ ਅੱਛਾ ਦੋਸਤ ਮੇਰ ਕੋ ਕੋਈ ਜਾਦੂ ਦੀ ਪੂੜੀ ਨਹੀਂ ਹੈ ਜਾਂ ਮੈਂ ਕੋ ਆਪਣਾ ਮਾਂ ਦੇ ਢੇਡ ਚੋਂ ਨਹੀਂ ਸਿੱਖਿਆ ਸੀ ਜਾਂ ਮੈਨੂੰ ਪਤਾ ਨਹੀਂ ਸੀ ਮੈਨੂੰ ਵੀ ਕੈਮਰੇ ਦੇ ਮੂਰੇ ਬੋਲਣਾ ਨਹੀਂ ਸੀ ਹੁੰਦਾ ਗੱਲ ਸਿਰਫ ਇੰਨੀ ਹੈ ਕਿ ਥੀਮ ਸਮਝ ਆ ਗਿਆ ਮੈਂ 6 ਮਹੀਨਿਆਂ ਦੇ ਵਿੱਚ 5 ਮਹੀਨਿਆਂ 6 ਮਹੀਨਿਆਂ ਦੀ ਇੱਕ YouTube ਦਾ ਚੈਨਲ ਬਣਾਇਆ ਮੋਨਟਾਈਜ਼ ਕਰਾਇਆ 3 ਲੱਖ 3.5 ਲੱਖ ਵਿਊਜ਼ ਪਏ ਫਿਰ ਉਹਨਾਂ ਛੱਡਤਾ ਫਿਰ ਇੱਕ ਹੋਰ ਬਣਾਇਆ ਉਹਨੂੰ ਮੋਨਟਾਈਜ਼ ਕੀਤਾ ਵਿਊਜ਼ ਪੈ ਛੱਡਤਾ ਫਿਰ ਫੇਸਬੁਕ ਤੇ ਆਇਆ الحمدللہ ਅੱਲਾ ਤਾਲਾ ਸ਼ੁਕਰ ਸਿਰਫ ਕੰਟੈਂਟ ਮੇਰਾ ਉਹਨਾਂ ਤੇ ਹੋਰ ਸੀਗਾ ਜਿਹਦੀ ਵਜ੍ਹਾ ਤੋਂ ਮੇਰਾ ਮੰਡੀ ਵਾਲਾ ਕੰਮ ਡਿਸਟਰਬ ਹੁੰਦਾ ਸੀਗਾ ਇਸ ਕਰਕੇ ਮੈਂ ਉਹ ਚੈਨਲ ਹੀ ਛੱਡ ਤੇ ਵਾਇਰਲ ਵੀ ਹੋਏ ਉਹ ਫੇਮ ਵੀ ਆਇਆ ਉਹਨਾਂ ਦੇ ਵਿੱਚ ਡਾਲਰ ਵੀ ਬਣੇ ਇਨਕਮ ਵੀ ਆਈ ਮਕਸਦ ਗੱਲ ਕਰ ਰਹਿੰਦਾ ਲੇਕਿਨ ਆਪਣਾ ਲਾਸ ਹੋ ਰਿਹਾ ਸੀ ਡੀਐਲਟੀ ਵਾਲੇ ਕੰਮ ਦਾ ਮੇਰੇ ਵਾਲਦ ਦੀ 30 ਸਾਲ ਦੀ ਮਿਹਨਤ ਆ ਅੜਦ ਉੱਥੋਂ ਮੈਂ ਟਾਈਮ 1 ਮਿੰਟ ਵੀ ਅੱਗੇ ਪਿੱਛੇ ਨਹੀਂ ਕਰ ਸਕਦਾ ਉਹਨਾਂ ਕੰਟੈਂਟ ਦੇ ਵਿੱਚ ਮੇਰਾ ਟਾਈਮ ਬਹੁਤ ਜ਼ਾਇਆ ਹੋ ਰਿਹਾ ਸੀ ਛੱਡ ਤੇ ਆਪਣਾ ਜਿਹੜਾ ਐਸੇ ਕੰਟੈਂਟ ਨੂੰ ਅੱਲਾਹ ਤਾਲਾ ਨੇ ਜ਼ਿਹਨ 'ਚ ਪਾਈ ਮੇਰੇ ਰੱਬ ਨੇ ਮਤਲਬ ਕਿ ਸ਼ੁਕਰ ਹੈ ਮਾਲਕ ਦੀ ਜ਼ਾਤ ਦਾ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਨੂੰ ਐਸਾ ਅੱਲਾਹ ਤਾਲਾ ਨੇ ਨਿਜ਼ਾਮ ਬਣਾਇਆ ਕਿ ਮੈਂ ਆਪਣਾ ਜਿਹੜਾ ਰਿਐਲਿਟੀ ਵਾਲਾ ਕੰਮ ਸਿਰਫ ਉਹੀ ਕਰ ਰਿਹਾ ਤੇ ਮੈਨੂੰ ਮੇਰਾ ਅਵੀਰ ਕੈਪਚਰ ਕਰ ਰਿਹਾ ਜਾਂ ਮੈਂ ਆਪ ਜਿਹੜੀ ਵੀਡੀਓ ਬਣਾਉਣਾ ਵਾ ਉਹ ਵੀ ਮੈਂ ਉਹੀ ਬਣਾਉਣਾ ਜੋ ਮੈਂ ਆਪ ਕਰਦਾ ਫਿਰਦਾ ਹਾਜ਼ਰ ਟਾਈਮ 'ਚ ਜੋ ਮੈਂ ਕਰ ਰਿਹਾ ਮੈਂ ਸਿਰਫ ਉਹ ਦਿਖਾ ਰਿਹਾ ਆਪਾਂ ਨੂੰ ਲੋੜ ਹੀ ਕਿਹੜੀ ਹੈ ਕਿਸੇ ਦੇ ਕੋਲ ਜਾਣ ਦੀ ਤੁਸੀਂ ਇੱਕ ਅਲੱਗ ਡੀਐਨਏ ਮੈਂ ਇੱਕ ਅਲੱਗ ਡੀਐਨਏ ਬਿਲਕੁਲ ਇਸੇ ਤਰ੍ਹਾਂ ਤੁਸੀਂ ਅਲੱਗ ਇਸ ਦੁਨੀਆ 'ਚ ਫਿਰਦੇ ਪਏ ਮੈਂ ਅਲੱਗ ਫਿਰਦਾ ਪਿਆ ਤੁਸੀਂ ਆਪਣੀ ਪਛਾਣ ਬਣਾਓ ਹੈਗੀ ਆ ਅਲੱਗ ਤੁਹਾਨੂੰ ਇਸ ਗੱਲ ਦਾ ਜੀ ਕਿ ਨਾ ਤੁਸੀਂ ਅਲੱਗ ਪਛਾਣ ਬਿਲਕੁਲ ਬਿਲਕੁਲ ਤੇ ਉਹਨੂੰ ਸਿਰਫ ਤੁਸੀਂ ਬਣਾਉਣਾ ਘੜ ਵੀ ਨਹੀਂ ਸਕਦੇ ਬਿਲਕੁਲ ਇਸੇ ਤਰ੍ਹਾਂ ਤਰੀਕੇ ਨਾਲ ਚੱਲੋਗੇ ਸਾਰਾ ਕੁਝ ਹੀ ਹੋਏਗਾ ਇਨਸ਼ਾਅੱਲਾ ਤਾਲਾ ਔਰ ਥੋੜਾ ਜਿਹਾ ਸਬਰ ਦਾ ਪਹਿਮਾਨਾ ਲਬਰੇਜ਼ ਕਰਨਾ ਵਡਾ ਕਰਨਾ ਅ ਤੇ ਹਾਂ ਮੈਂ ਵੀ ਮੈਨੂੰ ਕੋਈ ਤੁਸੀਂ ਗਾਈਡਲਾਈਨ ਦੇਣੀ ਚਾਹੋਗੇ ਜਿੱਦਾਂ ਤੁਸੀਂ ਸਵੇਰ ਉਹਨਾਂ ਨੂੰ ਬੈਠ ਕੇ ਉਹਨਾਂ ਨੂੰ ਤੁਸੀਂ ਤਸੱਲੀ ਬਖਸ਼ ਆਪਣਾ ਉਹਨਾਂ ਨੂੰ ਸਮਝਾਇਆ ਕਿ ਮੇਰੇ ਖਿਆਲ ਤੋਂ 2 ਘੰਟੇ ਤੇ ਤੁਸੀਂ ਉਹਨਾਂ ਦੇ ਲਾਏ ਲਾਏ ਬਿਲਕੁਲ ਲਾਏ ਪਰ ਇਨਸ਼ਾਅੱਲਾ ਤਾਲਾ ਰਿਜ਼ਲਟ ਆਏਗਾ ਯਾਰ 3 ਮਹੀਨਿਆਂ ਦੇ ਵਿੱਚ ਇਨਸ਼ਾਅੱਲਾ ਤਾਲਾ ਆਮ ਉਹਨਾਂ ਨੂੰ ਜਾਣੇਗੀ ਉਹ ਮੈਂ ਵੀ ਇਸੇ ਤਰ੍ਹਾਂ ਹੀ ਚਾਹਨਾ ਕਿ ਮੈਂ ਵੀ ਮਤਲਬ ਸੋਸ਼ਲ ਮੀਡੀਆ ਤੇ ਆਵਾਂ ਮੇਰੇ ਕੋਲ ਹਰ ਚੀਜ਼ ਹੈ ਵਾ ਸਭ ਨਾਲੋਂ ਵੱਡੀ ਮੇਨ ਚੀਜ਼ ਹੁੰਦੀ ਬੰਦੇ ਕੋਲ ਕੈਮਰਾ ਨਹੀਂ ਹੁੰਦਾ ਜਾਂ ਪਿੱਛੇ ਐਡੀਟਰ ਨਹੀਂ ਹੁੰਦਾ ਤੁਹਾਡੇ ਕੋਲ ਤਾਂ ਢੇਰ ਲੱਗੇ ਫੇਰੇ ਸਾਰਾ ਕੁਝ ਹੈ ਵਾ ਲੇਕਿਨ ਮੈਨੂੰ ਸਿਰਫ ਮਸਲਾ ਇਹ ਹੀ ਆ ਰਿਹਾ ਮੈਂ ਲੈ ਕੇ ਕਿਹੜੀ ਚੀਜ਼ ਨੂੰ ਅੱਗੇ ਜਾਵਾਂ ਹੱਲੇ ਵੀ ਮੈਂ ਡਬਲ ਮਾਈਂਡਿਡ ਸਿਰਫ ਤੁਹਾਡੇ ਕੋਲ ਥੀਮ ਦੀ ਕਮੀ ਹੈ ਹਾਂਜੀ ਹੱਲੇ ਵੀ ਮੈਂ ਡਬਲ ਮਾਈਂਡਿਡ ਤੁਹਾਡੇ ਜ਼ਿਹਨ ਦੇ ਵਿੱਚ ਸੌਫਟਵੇਅਰ ਜਿਹੜਾ ਨਾ ਅਪਡੇਟ ਹੋਣ ਵਾਲਾ ਅਪਡੇਟ ਤੁਹਾਡੇ ਕੋਲ ਐਕਸੈਸਰੀ ਸਾਰੀ ਹੈਗੀ ਐ ਐਕਸੈਸਰੀ ਸਾਰੀ ਸੌਫਟਵੇਅਰ ਭਾਈ ਉਹ ਕੋਈ ਐਸੀ ਚੀਜ਼ ਨਹੀਂ ਹੈ ਸਿਰਫ ਤੁਹਾਨੂੰ ਦੱਸਿਆ ਕਿ ਤਰੀਕਾ ਕਰ ਆ ਉਹ ਤੁਹਾਨੂੰ ਅੱਗੇ ਵੀ ਮੈਂ ਆਵਾਮ ਨੂੰ ਵੀ ਦੱਸਿਆ ਕੋਈ ਗੱਲਾਂ ਮੈਨੂੰ ਕੁਝ ਉਹਨੂੰ ਪਤਾ ਕਿਉਂਕਿ ਸਾਰਾ ਸੋਸ਼ਲ ਮੀਡੀਆ ਮੇਰਾ ਉਹੀ ਕੰਟਰੋਲ ਕਰਦਾ ਮੈਨੂੰ ਮੈਨੂੰ ਇਸ ਤਰ੍ਹਾਂ ਪਤਾ ਕਿ ਇਨਸਾਨ ਕਿਸੇ ਕੰਮ ਚ ਜਦੋਂ ਲੰਘ ਜਾਂਦਾ ਨਾ ਉਹ ਜਿੱਡਾ ਵੀ ਔਖਾ ਹੋਵੇ ਜਦੋਂ ਇੱਕ ਬੰਦਾ ਇੱਕ ਕੰਮ ਚੋਂ ਲੰਘ ਜਾਂਦਾ ਇੱਕ ਪ੍ਰੋਸੈਸ ਚੋਂ ਗੁਜ਼ਰ ਜਾਂਦਾ ਉਹਨੂੰ ਸਾਰੀ ਹਕੀਕਤਾਂ ਉਹਨੂੰ ਅੰਦਰੋਂ ਪਤਾ ਹੁੰਦੀ ਕਿ ਮੈਂ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਆ ਇੱਥੇ ਤੱਕ ਬਿਲਕੁਲ ਠੀਕ ਹੈ ਤੇ ਜਿਹੜੇ ਵਾਇਰਲ ਹੋ ਜਾਂਦੇ ਉਹ ਇਹ ਨਹੀਂ ਦੱਸਦੇ ਉਸ ਸਮੇਂ ਦੇ ਸਾਡੇ ਮੂੰਹ ਬਹੁਤ ਸੋਹਣੇ ਆ ਅਸੀਂ ਤਾਂ ਵਾਇਰਲ ਹੋ ਗਏ ਇਹ ਸਾਡੀ ਕਿਸਮਤ ਰੱਬ ਨੇ ਅੱਡ ਬੈਗ ਲਿਖੀ ਸੀ ਅਸੀਂ ਤਾਂ ਵਾਇਰਲ ਹੋ ਗਏ ਨਹੀਂ ਦੋਸਤ ਜਿਹੜੇ ਮਸ਼ਹੂਰ ਹੋ ਜਾਂਦੇ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਬਿਲਕੁਲ ਜਿਹਨੂੰ ਮੈਂ ਗੰਦੀ ਸੋਚ ਕਹਾਵਾਂਗਾ ਤੁਸੀਂ ਅਗਰ ਕਿਸੇ ਦਾ ਭਲਾ ਕਰ ਦੋਗੇ ਅਗਰ ਮੇਰੇ ਦੱਸਣਾ ਜਾਂ ਜਿਹੜੇ ਵਾਇਰਲ ਹੋਏ ਆ ਉਹਨਾਂ ਦੇ ਕਿਸੇ ਦੱਸਣ ਨਾਲ ਕਿਸੇ ਦੇ ਘਰ ਦਾ ਸੋਹਣਾ ਸਰਕਟ ਚੱਲਣ ਲੱਗ ਪਵੇ ਬਿਲਕੁਲ ਅਗਰ ਸਿਰਫ ਗਾਈਡਲਾਈਨ ਦੇਣਾ ਜਾਂ ਦੱਸਣਾ ਥੋੜਾ ਹੌਸਲਾ ਵਜ਼ਾਈ ਕਰਨ ਨਾ ਕਿਸੇ ਦਾ ਨਿਜ਼ਾਮ ਚੱਲ ਪਵੇ ਤੇ ਭਾਈ ਹੋਰ ਤੁਹਾਨੂੰ ਕੀ ਚਾਹੀਦਾ ਹੋਰ ਕੀ ਚਾਹੀਦਾ ਦਵਾਵਾ 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 ਕਬਰ ਤੱਕ ਦਵਾਵੀ ਨਾਲ ਜਾਣੀ ਨਾਲ ਜਾਣੀ ਤੇ ਪਿੱਛੇ ਉਹੀ ਕੰਮ ਆਉਣੀ ਆ ਇਨਸ਼ਾ ਅੱਲਾਹ ਤਾਲਾ ਮੇਰਾ ਭਰਾ ਤੂੰ ਆਪਣਾ ਬਾਕੀ ਜਿੱਦਾਂ ਉਹਨਾਂ ਨੂੰ ਮੈਂ ਬਰੀਕ 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 ਗੱਲਾਂ ਸੀ ਹਨ ਉਹ ਫਿਰ ਇਹ ਆਇਆ ਇਹਦਾ ਕਿ ਉਹ ਮੈਂ ਜ਼ਰਾ ਯਾਰੀ ਦੋਸਤੀ ਵਾਲੀ ਮਹਿਫਲ 'ਚ ਬੈਠ ਕੇ ਨਾ ਉਹਦਾ ਬੰਦਾ ਗੱਲ ਕਰਦਾ ਔਨ ਕੈਮਰਾ ਉਹ ਸੰਦਾਸ ਇਹ ਵਿੱਚ ਬੰਦੇ ਨੂੰ ਕੋ ਮਤਲਬ ਗੁੱਸੇ ਵਾਲੀ ਗੱਲ ਵੀ ਆ ਜਾਂਦੀ ਕੋ ਠੰਡੀ ਵੀ ਕੋ ਮਿੱਠੀ ਵੀ ਕੋ ਮਜ਼ਾਈਆ ਵੀ ਕੋ ਗੰਦੀ ਵੀ ਹਰ ਤਰ੍ਹਾਂ ਦੀ ਮਿਸਾਲ ਦੇ ਕੇ ਮੈਂ ਇਹ ਮਕਸਦ ਹੋਏਗਾ ਤੁਹਾਡੇ ਜ਼ਿਹਨ ਚ ਕਲੀਅਰਨੈਸ ਕਰਨਾ ਹੋਰ ਮੇਰੇ ਕੋ ਕੋ ਤਵੀਦ ਨਹੀਂ ਹੈ ਜਾਂ ਮੇਰੇ ਕੋ ਕੋ ਪਾਊਡਰ ਨਹੀਂ ਹੈ ਜਿਹੜਾ ਘੋਲ ਕੇ ਪਿਉਣਾ ਤੁਹਾਨੂੰ ਤੇ ਤੁਹਾਨੂੰ ਮੇਰੇ ਕੋਲ ਆਓਗੇ ਤਾਂ ਇਨਸ਼ਾਅੱਲਾਹ ਤਾਲਾ ਤੁਹਾ ਇਸ ਸਾਰੀ ਸਮਝ ਆ ਜਾਏਗੀ ਅਸੀਮ ਦੀ ਮੈਂ ਬੈਠ ਕੇ ਆਪਣੇ ਜਿਹੜੀ ਮੈਨੂੰ ਅੰਦਰ ਗੱਲਬਾਤ ਆ ਨਾ ਜਿਹੜੀ ਮੈਨੂੰ ਸਮਝ ਆਈ ਹੈ ਗੱਲ ਉਹ ਤੁਹਾਡੇ ਅੰਦਰ ਟਰਾਂਸਫਰ ਕਰਨੀ ਹੈ ਬਸ ਮੈਂ ਲਾਈਵ ਬੈੱਕ ਕਰ ਸਕਦਾ ਬਾਈ ਔਨ ਕੈਮਰਾ ਵੀ ਨਹੀਂ ਕਰ ਸਕਦਾ ਇਸ ਲਈ ਮੈਂ ਕਿਹਾ ਸੀ ਜਿਹੜਾ ਵੀਰ ਮੇਰੇ ਕੋਲ ਚੱਲ ਕੇ ਪਹੁੰਚੇਗਾ ਇਨਸ਼ਾਅੱਲਾ ਤਾਲਾ ਬਾ ਫਜ਼ਲ ਖੁਰਾ ਜ਼ਿੰਦਗੀ ਰੱਖੇ ਰੱਬ ਉਹਨਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਜ਼ਰੂਰ ਉਹਨਾਂ ਨੂੰ ਰਨ ਕਰਾਵਾਂਗੇ ਔਰ ਹੋਣਗੇ ਉਹ ਇਨਸ਼ਾਅੱਲਾ ਤਾਲਾ ਮੇਰਾ ਯਕੀਨ ਹੈ ਜਿਹੜਾ ਆ ਜਾਏਗਾ ਪਹੁੰਚੇਗਾ ਉਹ ਜ਼ਰੂਰ ਇਨਸ਼ਾਅੱਲਾ ਤਾਲਾ ਕੰਮ ਕਰੇਗਾ ਔਰ ਕਾਮਯਾਬ ਹੋਏਗਾ ਬਹੁਤ ਮਾਸ਼ਾਅੱਲਾ ਬੜਾ ਅੱਛਾ ਨੇਕ ਮਕਸਦ ਆ ਤੁਸੀਂ ਇੱਕ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਮੈਸੇਜ ਦੇਣਾ ਚਾਹਣਾ ਕਿ ਯਾਰ ਇਹਦੇ ਤੇ ਸੋਸ਼ਲ ਮੀਡੀਆ ਤੇ ਨਾ ਬਹੂਦਗੀ ਦਿਖਾਏ ਬਗੈਰ ਆਪਦੀ ਫੈਮਲੀ ਵੇਚਿਆਂ ਬਗੈਰ ਜਿਦਾਂ ਮਸ਼ਹੂਰ ਤਰੀਨ ਯੂਟਿਊਬਰ ਆ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਤੁਸੀਂ ਨਾ ਬੇਵਕੂਫਾਂ ਤੇ ਨਾ ਅਸੀਂ ਬੇਵਕੂਫਾਂ ਸਭ ਨੂੰ ਪਤਾ ਜਿਹੜੇ ਇਸ ਟਾਈਮ ਟੌਪ ਤੇ ਜਾ ਰਹੇ ਆ ਤੇ ਟੌਪ ਤੇ ਜਿਹੜੇ ਜਾ ਰਹੇ ਆ ਉਹ ਸਿਰਫ ਔਰ ਸਿਰਫ ਆਪਣੀ ਫੈਮਿਲੀ ਸੇਲ ਕਰਦੇ ਪਿਆ ਉਹ ਕੰਟੈਂਟ ਇੱਕ ਕੰਟੈਂਟ ਜਿਹੜਾ ਉਹਨਾਂ ਦੇ ਕੋਲ ਆ ਆਪਦੀ ਫੈਮਿਲੀ ਸੇਲ ਆਊਟ ਕਰਕੇ ਉਹ ਅਰਨਿੰਗ ਕਰ ਰਹੇ ਆ ਮੈਂ ਉਹਨੂੰ ਕੰਟੈਂਟ ਨਹੀਂ ਕਹਿੰਦਾ ਤੁਸੀਂ ਲੋਕ ਪਤਾ ਨਹੀਂ ਐਗਰੀ ਹੋਵੋਗੇ ਇਸ ਗੱਲ ਨਾਲ ਜਾਂ ਨਹੀਂ ਲੇਕਿਨ ਮੈਂ ਉਸ ਚੀਜ਼ ਨੂੰ ਕੰਟੈਂਟ ਨਹੀਂ ਕਹਿੰਦਾ ਪਾਕਿਸਤਾਨ ਦੇ ਵੱਡੇ ਵੱਡੇ ਯੂਟਿਊਬਰ ਮਸ਼ਹੂਰ ਤਰੀਨ ਯੂਟਿਊਬਰ ਕੰਟੈਂਟ ਦੀ ਜਗ੍ਹਾ ਤੇ ਆਪਣੀ ਫੈਮਿਲੀ ਨੂੰ ਰੱਖ ਕੇ ਸੇਲ ਆਊਟ ਕਰਦੇ ਪਏ ਆ ਤੇ ਉਹਦੇ ਨਾਲ ਅਰਨਿੰਗ ਕਰਦੇ ਪਏ ਆ ਇਹ ਮੇਰੇ ਸਾਫ਼ ਤੇ ਸਿੱਧੇ ਅਲਫਾਜ਼ ਆ ਠੀਕ ਆ ਇਸ ਚੀਜ਼ ਨੂੰ ਕੀਤਿਆਂ ਬਗੈਰ ਤੁਸੀਂ ਸੋਸ਼ਲ ਮੀਡੀਆ ਤੇ ਅਰਨਿੰਗ ਕਰ ਸਕਦੇ ਆ ਬਿਲਕੁਲ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਮੈਨੂੰ ਸਮਝ ਵਿੱਚ ਆਪਣੀ 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 ਜਿਹੜੇ ਤੁਹਾਡੇ ਅੰਦਰ ਸਕਿੱਲ ਹੈ ਨਾ ਉਹਦੇ ਤੇ ਤੁਸੀਂ ਤਵੱਜੋ ਦਿਓ ਜਿਹੜਾ ਤੁਹਾਡੇ ਅੰਦਰ ਸਕਿੱਲ ਆ ਉਹਦੇ ਤੇ ਤਵੱਜੋ ਦੋ ਇਹ ਕੈਮਰੇ ਦੀ ਅੱਖ ਨਾਲ ਨੂੰ ਰਿਕਾਰਡ ਕਰਨ ਲੱਗ ਪੋ ਬਸ ਸਿੰਪਲ ਜਿਹਾ ਫਾਰਮੂਲਾ ਨਾ ਆਪਣੀ ਮਾਂ ਭੈਣ ਦਿਖਾਉਣੀ ਨਾ ਕਿਸੇ ਦੀ ਮਾਂ ਭੈਣ ਦਿਖਾਉਣੀ ਨਾ ਆਪਣੀ ਮਾਂ ਭੈਣ ਦੇ ਬਾਰੇ ਗੱਲ ਕਰਨੀ ਨਾ ਕਿਸੇ ਦੀ ਮਾਂ ਭੈਣ ਦੇ ਬਾਰੇ ਗੱਲ ਕਰਨੀ ਨਾ ਕੋਈ ਇਸਲਾਮੀ ਲਿਆਦ ਨਾ ਹੇਟ ਸਪੀਚ ਕਰਨੀ ਨਾ ਕੋ ਚਾਕ ਕੁ ਛੁਰੀ ਦਿਖਾਉਣੀ ਨਾ ਕੋ ਟਰਨੈਲੀ ਕਰਨੀ ਤਮੀਜ਼ ਦੇ ਦਾਇਰੇ ਚ ਰਹੋ ਮناسب ਗੱਲ ਕਰੋ ਖਰੀ ਗੱਲ ਕਰੋ ਸੱਚ ਦਾ ਸੌਦਾ ਵੀ ਕੇ ਇਕੱਠਾ ਕਰਕੇ ਹੇ بس ਐਨੀ ਗੱਲ ਵਡੀਆਂ ਹੀ ਗੱਲਾਂ ਉਸਮਾ ਭਾਈ ਦੀਆਂ ਤੇ ਉਸਮਾ ਭਾਈ ਇਹ ਫੈਡੀ ਵੀਡੀਓ ਬਣਾਣ ਕੋ ਹੁੰਦਿਆ ਹੁੰਦਾ ਪਿੱਛੇ ਫੋਟੋਗ੍ਰਾਫਰ ਕੋ ਹੁੰਦਾ ਵੀਡੀਓਗ੍ਰਾਫਰ ਜ਼ਿਆਦਾ ਤਾਂ ਵੀਡੀਓ ਮੇਰੀ ਆਪੀ ਬਣਾਉਣਾ ਮੈਂ ਹੱਥ ਨਹੀਂ ਬਸ ਭੜ ਗਏ ਮੈਂ ਤਾਂ ਮੋਬਾਈਲ ਦੀ ਮਤਲਬ ਕਿ ਚੱਲਦੇ ਚੱਲਦੇ ਦੀ ਅੱਲਾ ਦੇ ਬੰਦੇ ਆ ਉਹਦੀ ਸਪੇਸ ਫੁੱਲ ਹੋ ਜਾਵੇ ਤੇ ਐ ਕਰਕੇ ਦੇਖ ਲੈਣਾ ਮੈਂ ਤਾਂ ਉਹ ਵੀ ਨਹੀਂ ਕੱਟਦਾ ਰਿਐਲਿਟੀ ਇਜ਼ ਰਿਐਲਿਟੀ ਵਾਸ਼ਾ ਮਤਲਬ ਕਿ ਮੈਨੂੰ ਮਤਲਬ ਲੱਗੇ ਨਾ ਕਿ ਟੂ ਹੋਈ ਐ ਹੂੰ ਸਪੇਸ ਫੁੱਲ ਹੋ ਗਈ ਐ ਮੈਮਰੀ ਫੁੱਲ ਹੋ ਗਈ ਸੋਭਾ ਮੇਰੀ ਵੀਡੀਓ ਬੰਦ ਦੀ ਉਸ ਪੇ ਬੋਲੋਗੀ ਨਾ ਤੇ ਆਪਾਂ ਇੰਜ ਕਰਕੇ ਕੈਮਰੇ ਚ ਦੇਖ ਲੀਦਾ ਵੀ ਭਾਈ ਰੁਕੋ ਮੈਂ ਜਰਾ ਦੇਖ ਲਾਂ ਮੈਮਰੀ ਤਾਂ ਨਹੀਂ ਫੁੱਲ ਹੋਈ ਭਾਈ ਨਹੀਂ ਹੋਈ ਉਹ ਕਲਿੱਪ ਵੀ ਨਹੀਂ ਕਟਣਾ ਤੁਸੀਂ ਆਪਣੇ ਦੇ ਰਿਐਲਿਟੀਜ਼ ਕੈਮਰਾ ਆਨ ਕਰੋ ਨਾ ਦੋਸਤ ਸੋਚ ਸਮਝ ਕੇ ਤਬ ਬੜੇ ਬੜੇ ਜ਼ੀਰੋ ਬੰਦੇ ਬੜੀ ਬੜੀ ਹੈਵੀ ਗੱਲ ਕਰ ਜਾਂਦੇ ਆ ਲਿਖੀ ਪੜੀ ਗੱਲ ਤਾਂ ਪੜ ਕੇ ਸੁਣਾ ਦੇਣੀ ਬਿਲਕੁਲ ਆਪਣੇ ਉੱਪਰ ਕੈਮਰਾ ਔਨ ਕਰੋ ਨਾ ਅਗਰ ਤੁਹਾਡੀ ਬੇਸ ਚੰਗੀ ਬਣੀ ਹੋਈ ਤੇ ਤੁਹਾਡੇ ਮੂੰਹ ਚ ਚੰਗੇ ਲਫ਼ਜ਼ ਹੀ ਨਿਕਲਣਗੇ ਜੇ ਤੁਹਾਡੇ ਨੀਅਤਾਂ ਬਚਪਨ ਤੋਂ ਤੁਹਾਡੇ ਇਰਾਦੇ ਤੁਹਾਡੀ ਤਰਬੀਅਤ ਚ ਕੋ ਖਾਸ ਚੀਜ਼ ਹੋਈ ਨਾ ਤੁਹਾਡੇ ਮੂੰਹ ਚ ਆਟੋ ਚੰਗੀਆਂ ਗੱਲਾਂ ਨਿਕਲਣਗੀਆਂ ਫਿਰ ਤੁਹਾਨੂੰ ਸੋਚਣ ਦੀ ਜਾਂ ਸਕ੍ਰਿਪਟ ਪੜ੍ਹਨ ਦੀ ਲੋੜ ਨਹੀਂ ਪੈਣੀ ਬਿਲਕੁਲ ਸੋਮਾ ਭਾਈ ਤੁਸੀਂ ਮੈਨੂੰ ਇਹ ਦੱਸਿਓ ਤੁਹਾਡੇ ਭਾਈ ਦਾ ਮੈਂ ਵੇਖਿਆ ਠੰਨਾ ਬੜਾ ਪਿਆਰ ਆ ਤੁਸੀਂ ਵੀ ਉਹਨਾਂ ਬੜਾ ਪਿਆਰ ਕਰਦੇ ਹੋ ਬੇਸ਼ੱਕ ਇਸ ਮੁਕਾਮ ਤੇ ਆਣ ਲਈ ਉਹਦਾ ਕੀ ਕਰੈਕਟਰ ਸੀ ਮਤਲਬ ਇਹ ਸਟੋਰੀ ਦੇ ਵਿੱਚ ਉਹਦਾ ਕੀ ਕਰੈਕਟਰ ਹੈ ਸਾਰਾ ਹੀ ਉਹਦਾ ਕਰੈਕਟਰ ਹੈ ਸਾਰਾ ਹੀ ਮੇਰੇ ਵੀਰ ਦਾ ਛੋਟੇ ਜਿਹੜੇ ਭਾਈ ਹੈ ਮੇਰੇ ਅਦੀਲ ਰਾਮੇ ਸਾਹਿਬ ਸਾਰੀ A to Z ਦੁਨੀਆਂ ਦੀ ਹੈ ਜਿਹੜੀ ਨਾ ਮਿਹਨਤ ਮੇਰੀ ਇਹਦੇ ਵਿੱਚ ਕੋਈ ਗਾਰਾ ਕਰੀ ਨਹੀਂ ਮੈਂ ਤੁਹਾਨੂੰ ਅੱਲਾ ਨੇ ਇੱਜ਼ਤ ਅੱਲਾ ਨੇ ਇੱਜ਼ਤ ਦਿੱਤੀ ਇਹ ਸਾਨੂੰ ਅਲਹਮਦੁਲਿਲਾ ਮੇਰੇ ਵੀਰਾਂ ਨੂੰ ਮੇਰੀ ਬੋਲੀ ਪਸੰਦ ਆ ਮੇਰਾ ਅੰਦਾਜ਼ ਪਸੰਦ ਆ ਮੈਂ ਪਸੰਦ ਆ ਮੈਨੂੰ ਮੈਂ ਕਹਿੰਨਾ ਕਿ ਜਿੱਥੇ ਤੱਕ ਵੀ ਮੇਰੇ ਭਰਾ ਨੇ ਆਵਾਜ਼ ਪਹੁੰਚਾਈ ਮੇਰੀ ਭਾਈ ਜਿੱਥੇ ਤੱਕ ਵੀ ਮੇਰੀ ਅੱਜ ਆਵਾਜ਼ ਜਾ ਰਹੀ ਹੈ ਨਾ ਅਮਰੀਕਾ ਤੱਕ ਯੂਰਪੀ ਟਰੀ ਆਸਟ੍ਰੇਲੀਆ ਦੁਨੀਆ ਦਾ ਕੋਈ ਮੁਲਕ ਨਹੀਂ ਜਿੱਥੇ ਮਨ ਫੋਨ ਨਹੀਂ ਹੁੰਦਾ ਬਿਲਕੁਲ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਹੈ ਉਹਦਾ ਉਹਦੀ ਵਜ੍ਹਾ ਮੇਰਾ ਛੋਟਾ ਵੀਰ ਹੈ ਤੇ ਉਹ ਸੋਸ਼ਲ ਮੀਡੀਆ ਸਾਰਾ ਹੈਂਡਲ ਉਹ ਹੀ ਕਰਦਾ ਕੋਈ ਕਰਦਾ ਮੈਂ ਉਹ ਯੂਜ਼ਰ ਆਪਣੀ ਵੀਡੀਓ ਦੇਖਦਾ ਜਿੱਦਾਂ ਤੁਸੀਂ ਦੇਖਦੇ ਟਾਈਮ ਲੱਗ ਜਵੇ ਤਾਂ ਦੇਖਦਾ ਨਹੀਂ ਲੱਗੇ ਤਾਂ ਬਾਈ ਉਹ ਵੀ ਨਹੀਂ ਦੇਖਦਾ ਕਈ ਕਈ ਵੀਡੀਓ ਮਤਲਬ ਕਿ ਮੈਨੀਆਂ ਬਣੀਆਂ ਜਿਹੜੀਆਂ ਮੇਰੀਆਂ ਆਪ ਦੇ ਹੱਥ ਨਾਲ ਬਣੀਆਂ ਉਹ ਤਾਂ ਮੈਨੂੰ ਹਰ ਵੀਡੀਓ ਯਾਦ ਹੈ ਨਾ ਕਈ ਕੀ ਵੀਡੀਓ ਮਤਲਬ ਕਿ ਮੈਂ ਆਵਦੀਆਂ ਵੀ ਨਹੀਂ ਦੇਖੀਆਂ ਹੋਈਆਂ ਜਿਹੜੀਆਂ ਦੂਸਰੇ ਨੇ ਬਣਾਈਆਂ ਛੋਟੇ ਨੇ ਬਣਾਈਆਂ ਨਹੀਂ ਦੇਖੀਆਂ ਹੋਈਆਂ ਤਿੰਨ ਤਿੰਨ ਦਿਨ ਟਾਈਮ ਹੀ ਨਹੀਂ ਲੱਗਦਾ ਦੋ ਜਦੋਂ ਮੰਡੀ ਦੇ ਵਿੱਚ ਤੁਸੀਂ ਫਰੂਟ ਸੇਲ ਕਰ ਰਹੇ ਹੁੰਦੇ ਉਦੋਂ ਵੀਡੀਓ ਕੋਣ ਬਣਾਉਂਦਾ ਠੀਕ ਉਦੋਂ ਛੋਟਾ ਉਹ ਵੀ ਉਹ ਮੈਂ ਮੁੰਛੀ ਰੱਖੇ ਜਾਂ ਫਿਰ ਦੋ ਐਕਸਟਰਾ ਉਹ ਫਿਰ ਵੀਡੀਓ ਇਹ ਛੋਟਾ ਬਣਾ ਲੈਂਦਾ ਵਾ ਫਿਰ ਜਿਹੜਾ ਕੰਮ ਛੋਟੇ ਵਾਲਾ ਲਿਫਟਪੜ ਵਾਲਾ ਪਿੱਛੇ ਮੁੰਛੀ ਨੂੰ ਕਾਪੀ ਫੜਾਦੀ ਅੱਛਾ ਮੈਂ ਸਵੇਰ ਮੇਰੇ ਦਿਨ ਚ ਸੀਗਾ ਕਿ ਮੈਂ ਪੁੱਛਾਂਗਾ ਇਹਨਾਂ ਕੋਲ ਤੁਸੀਂ ਜਦੋਂ ਵੀਡੀਓ ਬਣਾਣੀ ਹੁੰਦੀ ਹੈ ਉਹ ਕੋਈ ਖਾਸ ਦਿਨ ਨਾ ਜਾਂ ਕੋਈ ਖਾਸ ਵਕਤ ਜਦੋਂ ਵੀਡੀਓ ਬਣਾਣੀ ਹੁੰਦੀ ਹੈ ਇਆਂ ਮਤਲਬ ਰੈਂਡਮਲੀ ਤੁਸੀਂ ਆਂਦੇ ਹੋ ਮੈਂ ਡੇਲੀ ਵੀਡੀਓ ਬਣਾਉਂਦੇ ਹੋ ਕਿ ਡੇਲੀ ਵੀਡੀਓ ਬਣਾਉਂਦਾ ਮੈਂ ਡੇਲੀ ਸਿਰਫ ਆਪਣੀ ਫੈਮਿਲੀ ਵਾਸਤੇ 5 ਮਿੰਟ ਕੱਢਦਾ ਕੋਈ ਵੀਡੀਓ ਬਣਾਣ ਨਹੀਂ ਜਾਂਦਾ ਮੈਂ ਮੈਂ ਵੀਡੀਓ ਬਣਾਉਣ ਲਈ ਮੈਨੂੰ ਟਾਈਮ ਚਾਹੀਦਾ ਜਾਂ ਮੈਂ ਵੀਡੀਓ ਬਣਾ ਕੇ ਆਉਣੀ ਹੈ ਜਾਂ ਮੈਂ ਕੰਟੈਂਟ ਬਣਾ ਰਿਹਾ ਹਾਂ ਮੈਂ ਨਹੀਂ ਮੈਂ ਸਿਰਫ ਆਪਣੀ ਜਿਹੜੀ ਲਾਈਫ ਮੇਰੀ ਚੱਲ ਰਹੀ ਹੈ ਨਾ ਡੇਲੀ بیس ਤੇ ਆਪਣੇ ਆਪਣੀ ਫੈਮਲੀ ਵਾਸਤੇ 10 ਮਿੰਟ ਕੱਢਦਾ ਮੈਂ ਜਿੱਦਾਂ ਮੱਛੀਆਂ ਫੜਨ ਗਏ ਸੀਗੇ ਸੀ ਦਾ ਵਸੀਂ ਦਰਿਆ ਤੋਂ ਪਾਰ ਤਿੰਨ ਚਾਰ ਦਿਨ ਪਹਿਲਾਂ ਮੈਂ ਵਲੌਗ ਪਾਇਆ ਸੀ ਇਸ ਤਰ੍ਹਾਂ ਦਾ ਵਲੌਗ ਕਦੀ ਕਿਤੇ ਹੁੰਦਾ ਜਿੱਦਣ ਬਾਈ ਮੈਂ ਆਪਣੇ ਕੰਮ ਤੋਂ ਹਟ ਕੇ ਕਿਸੇ ਜਗ੍ਹਾ ਤੇ ਜਾਵਾਂ ਉਹ ਇਸ ਤਰ੍ਹਾਂ ਦਾ ਵਲੌਗ ਫਿਰ ਕੈਪਚਰ ਕਰਕੇ ਸਪੈਸ਼ਲ ਵੀ ਗਏ ਆ ਚਲੋ ਅੱਜ ਕਿਤੇ ਇੰਜੋਇਮੈਂਟ ਕਰਨਗੇ ਉਹਨੂੰ ਕੈਪਚਰ ਕਰ ਲਿਆ ਸੋਨਾਂ ਤਰੀਕੇ ਨਾਲ ਬਣਾ ਕੇ ਪਾਤਾ لیکن ਜਿਹੜਾ ਆਪਣਾ کاروباری لحاظ ਨਾਲ ਮੇਰਾ ਪੇਜ ਤੇ ਮੈਨੂੰ ਲੋਕ کاروباری ਤਰੀਕੇ ਨਾਲ ਜਾਣਦੇ ਆ ਔਰ ਮੈਂ ਉਸੇ ਤਰੀਕੇ ਨਾਲ ਮੈਂ ਕੋਈ ਖੂਬਸੂਰਤੀ ਨਹੀਂ স্পেশাল ਤਰੀਕੇ ਨਾਲ ਦਿਖਾ ਰਿਹਾ ਮੈਂ ਕੋਈ ਪੰਜਾਬੀ ਨਹੀਂ স্পেশাল ਤਰੀਕੇ ਨਾਲ ਬੋਲ ਰਿਹਾ ਮੈਂ ਆਪਣਾ ਮੇਰਾ انداز ਆਜ਼ਾਦੀ ਹੈ ਬਿਲਕੁਲ ਐਸੇ ਤਰ੍ਹਾਂ ਕੋਈ ਕਿਸੇ ਨੂੰ ਕਾਪੀ ਨਹੀਂ ਮੈਂ ਕਰ ਰਿਹਾ ਮੈਨੂੰ ਬਥੇਰੇ ਲੋਕ ਕਾਪੀ ਕਰਨ ਲੱਗ ਪਿਆ ਮੈਂ ਦੇਖੀਏ ਕੱਲ ਵੀਡੀਓ ਲਈਆ ਫਰੂਟ ਮੰਡੀ ਕੇ ਪਤਾ ਨਹੀਂ ਕਿਥੇ ਦਾ ਉਹ ਬਿਲਕੁਲ ਸੇਮ ਮਤਲਬ ਮੇਰੀਆਂ ਵੀਡੀਓ ਜਿਹੜੀ ਮੈਂ ਰੋਜ਼ ਪਾਣਾ ਨਾ ਲੋਕ ਉਸ ਵੀਡੀਓ ਦੇ ਆ ਕੇ ਮੇਰੀ ਉਹ ਕਾਪੀ ਕਰਕੇ ਪਾ ਰਿਆ ਤੇ ਚਲੋ ਇਹ ਵੀ ਬੜੀ ਖੁਸ਼ੀ ਹੋਈ ਲੋਕੀ ਕਾਪੀਆਂ ਤਾਂ ਕਰਦੇ ਆ ਇਸ ਚੀਜ਼ ਐ ਇੱਕ ਅਲੱਗ ਸੁਆਦ ਆ ਇਹ ਇੱਕ ਅਲੱਗ ਸੁਆਦ ਆ ਕਾਪੀਆਂ ਤੇ ਹੁੰਦੀਆਂ ਆ ਹਾਂ ਤੇ ਭਾਈ ਆਪਣੇ ਅੰਦਾਜ਼ ਮੈਂ ਤਾਂ ਉਹਨਾਂ ਨੂੰ ਵੀ ਕਾਂਗਾ ਭਾਈ ਜ਼ਰੂਰ ਕਰੋ ਮੈਂ ਆਪਣੀ ਮੰਡੀ ਦੇ ਵਿੱਚ ਯਾਰ ਬਹੁਤ ਬੰਦਿਆਂ ਨੂੰ ਸ਼ੁਰੂ ਕਰਾਤਾ ਬਹੁਤ ਜ਼ਿਆਦਾ ਮੁੰਡਿਆਂ ਨੂੰ ਮੈਨੂੰ ਨਹੀਂ ਪਤਾ ਇਹ ਹੀ ਕੰਟੈਂਟ ਆ ਮੇਰਾ ਹੀ ਕੰਟੈਂਟ ਆ ਸ਼ੁਰੂ ਕਰਾਤਾ ਕਿ ਉਹਨਾਂ ਦਾ ਝਾਕਾ ਖੁੱਲੇ ਜਿੱਦ ਜਿਹਨਾਂ ਦਾ ਝਾਕਾ ਖੁੱਲ ਗਿਆ ਉਹਨਾਂ ਨੂੰ ਕਾਂਗਾ ਦੋਸਤ ਤੁਸੀਂ ਮੇਰੇ ਨਾਲ ਮੁਕਾਬਲਾ ਨਹੀਂ ਪਾ ਸਕਦੇ ਅਗਰ ਤੁਹਾਡਾ ਆਡੀਅנס ਤੁਹਾਨੂੰ ਮੁਕਾਬਲੇ ਚ ਰੱਖਦੀ ਪਈ ਐ ਤੁਹਾਨੂੰ ਮਿਹਨਤ ਕਰਨ ਦਾ ਇਹ ਸਿਲਾ ਮਿਲ ਰਿਹਾ ਵੀ ਆਡੀਅנס ਕਹਿ ਰਹੀ ਵੀ ਹੋ ਫਰੂਟ ਮੰਡੀ ਵਾਲੇ ਦੀ ਭਈ ਕਿਆ ਆਵਾਜ਼ ਆ ਫਰੂਟ ਮੰਡੀ ਵਾਲੇ ਫਰੂਟ ਮੰਡੀ ਵਾਲਾ ਇਹ ਨਹੀਂ ਹੁੰਦਾ ਤੇ ਤੁਸੀਂ ਕਾਦੇ ਵਾਸਤੇ ਡਿਸਆੜੂਣਾ ਹੈ ਉਹਨਾਂ ਦੀ ਲੋਕਾਂ ਦੀ ਇਹ ਗੱਲ ਸੁਣ ਕੇ ਉਦੋਂ ਪਹਿਲਾਂ ਤੁਸੀਂ ਆਪਣਾ ਕੰਟੈਂਟ ਚੇਂਜ ਕਰ ਲਿਓ ਤੁਹਾਨੂੰ ਇਹ ਤਾਂ ਪਤਾ ਆਊਗਾ ਵੀ ਯਾਰ ਕੈਮਰਾ ਮੋਰੇ ਇਦਾਂ ਬੋਲਣਾ ਵਾ ਇਦਾਂ ਬੋਲਣਾ ਬਿਲਕੁਲ ਮੇਰਾ ਕੁਝ ਨਹੀਂ ਲੈ ਜਾਣਾ ਉਹਨਾਂ ਨੇ ਬਿਲਕੁਲ ਮੇਰੀ ਕੋਈ ਰੀਜ ਨਹੀਂ ਕੱਟ ਜਾਣੀ ਬਿਲਕੁਲ ਮੈਂ ਉਹ ਕਹਿੰਦੇ ਨਹੀਂ ਆਪਦੇ ਹੱਥਾਂ ਨਾਲ ਆਪਦੇ ਪੈਰਾਂ ਤੇ ਕੁਹਾੜੀ ਮਾਰਦਾ ਕੋਈ ਬਿਲਕੁਲ ਇਹ ਕੁਹਾੜੀਆਂ ਸਿਰਫ ਗੱਲਾਂ 'ਚ ਹੁੰਦੀਆਂ ਕਿਸੇ ਦਾ ਭਲਾ ਕਰ ਦੋਗੇ ਤੁਹਾਡਾ ਰੱਬ ਭਲਾਈ ਕਰੂਗਾ ਭਲਾਈ ਕਰੇਗਾ ਇਹ ਗੱਲਾਂ ਬਣੀਆਂ ਕਹਾਵਤਾਂ ਬਣੀਆਂ ਬਸ ਵੀ ਆਪਦੇ ਪੈਰਾਂ ਤੇ ਆਪ ਕੁਹਾੜੀ ਕੋਈ ਕਿਸੇ ਕਿਸਨ ਦਾ ਸੀਨ ਨਹੀਂ ਹੈਗਾ ਯਾਰ ਇਹ ਕੋਈ ਮਤਲਬ ਮੈਂ ਆਪਣੀ ਜੇਬ 'ਚੋਂ ਨਹੀਂ ਦੇਣੇ ਬਿਲਕੁਲ ਮੈਨੂੰ ਆ ਰਿਹਾ ਤੇ ਮੈਨੂੰ ਕੋਈ ਆਪਣੀ ਜੇਬ 'ਚੋਂ ਨਹੀਂ ਦੇ ਰਿਹਾ ਬਿਲਕੁਲ ਠੀਕ ਆ ਨਾ ਤੁਸੀਂ ਅਰਨਿੰਗ ਕਰ ਸਕਦੇ ਆ ਲੋਗ ਇਤੋਂ ਚਿੰਨੀ ਸੋਚ ਲਓ ਉਨੀ ਕਰ ਸਕਦੇ ਆ ਜਿੰਨੀ ਸੋਚ ਲੋ ਥੋੜਾ ਯਾ ਹੌਸਲਾ ਕਰੋ ਹਿੰਮਤ ਕਰੋ ਔਰ ਕੈਮਰੇ ਤੇ ਆਓ ਬਿਲਕੁਲ ਤੁਸੀਂ ਮੈਨੂੰ ਅੱਜ ਕਹਾਂ ਜਿਵੇਂ ਨਾ ਬੋਲ ਪਾਇਆ ਨਹੀਂ ਤੇ ਮੈਂ ਮੈਂ ਦੇਖ ਲਿਆ ਸੀ ਮੇਰਾ ਇੰਟਰਵਿਊ ਆਇਆ ਸੀ ਤੂੰ ਹੂੰ ਦੇਖ ਲਿਆ ਸੀ ਮੈਂ ਸਾਹਤਾ ਤੇਰਾ ਲੇਕਿਨ ਆ ਜਿਹੜੀ ਵੀਡੀਓ ਬਣ ਗਈ ਮੇਰਾ ਵੀਰ ਇਹਨੂੰ ਪਾ ਇਹ ਰਿਐਲਿਟੀ ਆ ਇਹ ਸੀਨ ਆ ਅੱਜ 13 ਦਸੰਬਰ ਆ 14 ਦਸੰਬਰ ਅੱਜ 12 ਅੱਜ 12 ਦਸੰਬਰ ਆ 2023 ਆ ਆ ਸੀਨ ਓਕੇ ਵੀਰ ਜੀ ਰੱਬ ਰੱਖ ਹਾਲਾ ਦੇ ਹਵਾਲੇ